الحمد لله الحمد لله نحمده ونستعينه ونستغفره ونعوذ بالله من شرور أنفسنا ومن سيئات أعمالنا من يهده الله فلا مضل له ومن يضلل فلا هادي له أشهد أن لا إله إلا الله وحده لا شريك له وأشهد أن محمدا عبده رسوله أما بعد فإن خير الحديث كتاب الله وخير الهدي هدي محمد صلى الله عليه وسلم أما بعد فإن خير الحديث كتاب الله وخير الهدي هدي محمد صلى الله عليه وسلم وشر الأمور محدثاتها وكل محدثة بدعة وكل بدعة ضلالة وكل ضلالة في النار رب اشرح لي صدري ويسر لي أمري وحلل عقدة من لساني يفقه قولي رب زدني علما رب زدني
اللهم صل على محمد وعلى آل محمد كما تحب وترضى. أعوذ بالله السميع العليم من الشيطان الرجيم. واذكر في الكتاب إبراهيم إنه كان صديقا نبيا. امر محبوب پیغمبر محمد صلی اللہ علیہ وسلم انہاں دے سامنے ساڈے خلیل ابراہیم علیہ السلام دا تذکرہ کرو. بے شک ابراہیم ساڈے سچے نبیاں دے وچوں سن. ہر قسم دی حمد و ثنا اللہ رب رحمان واسطے بے شمار انگنت درود و سلام سید الاولین والآخرین امام کائنات میرے اور تساں دے پیر و مرشد حضرت محمد رسول اللہ صلی اللہ علیہ وآلہ وسلم دی ذات گرامی تھے. دوستو بزرگو بھائیو میں گنہگار نے اج دے خطبہ جمعہ دے اندر سورہ مریم دی آیت مبارکہ تلاوت کیتی ہے. دعا کرو اللہ صحیح بیان کرن دی توفیق عطا فرمائے اور مینوں اور تسانوں اللہ سبنوں نوں سن سنا کے عمل دی توفیق عطا فرمائے. دوستو کیونکہ قربانی قریب قریب ہے اور اے او دن جنہاں دنہ دے وچ ایک بڑی عظیم ہستی ایک بڑی بزرگ ہستی حضرت ابراہیم علیہ الصلوۃ والسلام جڑے رب دے خلیل بھی نے رب دے محبوب بھی نے اور جنہاں دے بارے قرآن کہندا ہے اللہ فرماندے نے اذ قال لہ ربہ اسلم قال اسلمت لرب العالمین. جدو اللہ نے کہا ابراہیم ساڈا مطیع ہو جام اللہ فرماندے نے ابراہیم نے ساڈا مطیع تے فرما بردار ہو کے وقا دیتا. اس قرآن دے اندر نا اللہ باگڑی 63 مرتبہ حضرت ابراہیم علیہ الصلوۃ والسلام دا ذکر فرمایا اور حضرت ابراہیم علیہ الصلوۃ والسلام او واحد ہستی نے جنہاں نوں عیسائی وی مندے نے جنہاں نوں یہودی وی مندے نے اور جنہاں نوں اسلام وی قدر و منزلت دی نگاہ دے نال ویکھدے ہیں. غالباً اج تو 5000 سال پہلے او بابل شہر جندے اندر بتاں دی پوجا کیتی جاندی ستاریاں دی پوجا کیتی جاندی اور علم نجوم دا بڑا دور دورہ سی
ਔਰ ਲੋਕ ਦੋ ਕਾ ਤਿੰਨ ਕੈਟਾਗਰੀਆਂ ਦੇ ਅੰਦਰ ਸਨ, ਜਾਂ ਤਾਂ ਫੌਜੀ ਅਫਸਰਾਂ ਸਨ, ਹਕੂਮਤੀ ਅਹੁਦੇ ਦਰਾਂ ਸਨ, ਯਾਮ ਆਮ ਤਾਜਰ ਤੇ ਕਿਸਾਨ ਸਨ, ਔਰ ਯਾਮ ਗੁਲਾਮਾਂ ਦੀ ਸ਼ਕਲ ਦੇ ਅੰਦਰ ਲੋਕ ਜ਼ਿੰਦਗੀ ਗੁਜ਼ਾਰ ਰਹੇ ਸਨ। ਕੋਈ ਮੁਲਾਜ਼ਮਤਾਂ ਕਰ ਰਹੇ, ਕੋਈ ਖੇਤੀ ਬਾੜੀ ਕਰ ਰਹੇ, ਕੋਈ ਬੜਾਈ, ਕੋਈ ਮਲਾਇਮ, ਕਿਸੇ ਨੂੰ ਕਾਂਦੀ ਕੋਈ ਜਨਾਬ ਕੀ ਸ਼ਹਿ ਬਣਾ ਰਹੇ, ਕੋਈ ਕੀ ਸ਼ਹਿ ਬਣਾ ਰਹੇ। ਔਰ ਸ਼ਹਿਰ ਦੇ ਅੰਦਰ 5000 ਬੁੱਤਾਂ ਦੀ ਪੂਜਾ ਕੀਤੀ ਜਾਂਦੀ। ਅੱਲਾਹ ਅਕਬਰ ਅੱਲਾਹ। ਹਾਲਾਤ ਬੜੇ ਮਾੜੇ ਨੇ। ਅੱਲਾਹ ਪਾਕ ਗਰੀਮ ਇਸ ਸ਼ਹਿਰ ਵੱਲੇ ਆਪਣੇ ਪੈਗੰਬਰ ਹਜ਼ਰਤ ਇਬਰਾਹੀਮ ਅਲੀ ਸਲਾਤੋ ਸਲਾਮ ਨੂੰ ਭੇਜਿਆ, ਔਰ ਇਬਰਾਹੀਮ ਅਲੀ ਸਲਾਤੋ ਸਲਾਮ ਤਾਰਕ ਬਿਨ ਨਫੂਰ ਦੇ ਵਿੱਚੋਂ ਪੈਦਾ ਹੋਏ। ਉਹਨਾਂ ਦੇ ਬਾਪ ਦਾ ਨਾਮ ਤਾਰਕ ਬਿਨ ਨਫੂਰ, ਔਰ ਜਿੰਦਾ ਲਕਬ ਆਦਰ ਸੀ। ਇਹਨੇ ਇੱਕ ਬੁੱਤ ਬਣਾਇਆ, ਔਰ ਬੜਾ ਆਲੀਸ਼ਾਨ ਬੁੱਤ ਬਣਾਇਆ ਸ਼ਾਹੀ ਖਾਨਦਾਨ ਵਾਸਤੇ। ਹੀਰੋ ਜਵਾਹਰਾਤ ਲਗਾ ਕੇ, ਮੋਤੀ ਲਗਾ ਕੇ ਇਹਨੇ ਬੁੱਤ ਬਣਾਇਆ, ਉਹਦਾ ਨਾਮ ਆਦਰ ਰੱਖਿਆ। ਉਹ ਇੰਨਾ ਮਸ਼ਹੂਰ ਹੋਇਆ ਕਿ ਲੋਕੀ ਇਹਨੂੰ ਹੀ ਆਦਰ ਕਰਨ ਲੱਗ ਪਏ। ਅੱਲਾਹ ਅਕਬਰ ਅੱਲਾਹ। ਨਮਰੂਦ ਬੜਾ ਖੁਸ਼ ਹੋਇਆ, ਕਿਉਂਕਿ ਨਮਰੂਦ ਹੁਕਮਰਾਨ ਸੀ ਨਾ, ਬੜੇ ਨੂੰ ਖੁਸ਼ੀਆਂ ਹੋਈਆਂ। ਕਹਿੰਦਾ ਤੂੰ ਬੜਾ ਰੱਬ ਬਣਾਇਆ, ਹੁਣ ਇੰਜ ਕਰ ਮੇਰਾ ਵੀ ਇੱਕ ਬੁੱਤ ਬਣਾ ਦੇ, ਜਿਹਨੂੰ ਚੌਕ ਦੇ ਅੰਦਰ ਫਿੱਟ ਕਰਕੇ ਲੋਕਾਂ ਚੋਂ ਐਲਾਨ ਕਰ ਦੇ, ਹਰ ਬੰਦਾ ਇਹਨੂੰ ਸਜਦਾ ਕਰਕੇ ਆਪਣੇ ਕੰਮ ਤੇ ਜਾਇਆ ਕਰੇ। ਇਹਨੇ ਐਵੇਂ ਕੀਤਾ। ਨਮਰੂਦ ਇੰਨਾ ਖੁਸ਼ ਹੋਇਆ ਕਿ ਉਹਨੇ ਆਦਰ ਨੂੰ ਆਪਣਾ ਵਜ਼ੀਰੇ ਮਜ਼ਬੀ ਅਮੂਰ ਬਣਾ ਦਿੱਤਾ, ਵਜ਼ੀਰ ਬਣਾ ਦਿੱਤਾ। 7 ਵਜ਼ਾਰਤਾਂ ਪਹਿਲੇ ਸਨ, 7 ਵਜ਼ਾਰਤਾਂ ਨਮਰੂਦ ਦੇ ਖਾਨਦਾਨ ਦੇ ਵਿੱਚ ਜਿਹੜੇ ਪੂਰੇ ਮੁਲਕ ਦੀ ਬਾਗਡੋਰ ਚਲਾਉਂਦੇ ਸਨ, ਇਹਨੂੰ ਵੀ ਵਜ਼ਾਰਤ ਮਿਲ ਗਈ। ਤੇ ਅੱਲਾਹ ਬਾਗ ਦੇ ਨ ਜਦੋਂ ਮਾਮਲੇ ਆ ਜਾਣ, ਜਦੋਂ ਅੱਲਾਹ ਕੋਈ ਕੰਮ ਕਰਨਾ ਚਾਹਣ, ਅੱਲਾ ਨੂੰ ਕੋਈ ਰੋਕ ਸਕਦਾ ਨਹੀਂ, ਰੋਕ ਸਕਦਾ। ਨਮਰੂਦ ਸੁੱਤਾ ਹੋਇਆ ਖਵਾਬ ਦੇ ਅੰਦਰ ਵੇਂਦਾ, ਇੱਕ ਸਿਤਾਰਾ ਨਿਕਲਿਆ, ਬੜਾ ਚਮਕਦਾਰ ਸਿਤਾਰਾ। ਅੱਲਾਹ ਅਕਬਰ ਅੱਲਾਹ। ਜਿਹਦੀ ਰੋਸ਼ਨੀ ਚਾਰੇ ਪਾਸੇ ਫੈਲ ਗਈ। ਇਹ ਬੇਦਾਰ ਹੋਇਆ, ਇਹਨੇ ਜਨਾਬ ਆਪਣੇ ਹਵਾਰੀਆਂ ਨੂੰ ਬੁਲਾ ਲਿਆ, ਕਹਿੰਦਾ ਜਲਦੀ ਕਰੋ, ਮੁਅੱਬਰੀਨ ਦੀ ਜਮਾਤ ਨੂੰ ਬੁਲਾਇਆ ਜਾਏ, ਤਬੀਰ ਕਰਨ ਵਾਲਿਆਂ ਨੂੰ ਬੁਲਾਇਆ ਜਾਏ। ਤਬੀਰ ਕਰਨ ਵਾਲੇ ਆ ਗਏ, ਇਹਨੇ ਆਪਣਾ ਖਵਾਬ ਬਿਆਨ ਕੀਤਾ, ਔਰ ਕਹਿੰਦਾ ਮੈਨੂੰ ਤਬੀਰ ਦੱਸੋ। ਤਬੀਰ ਦੱਸਣ ਵਾਲਿਆਂ ਨੇ ਦੱਸੀ, ਅਰ ਗਰੀਬ ਇੱਕ ਬੱਚਾ ਪੈਦਾ ਹੋਣ ਵਾਲਾ ਜਿਹੜਾ ਤੇਰੀ ਬਾਦਸ਼ਾਹੀ ਨੂੰ ਖਤਮ ਕਰਕੇ ਰੱਖ ਦੇਵੇਗਾ। ਜਾਂ ਤਾਂ ਇਹ ਮੁਹਸਰੀਨ ਕਹਿੰਦੇ ਨੇ, ਜਾਂ ਕਹਿੰਦੇ ਨੇ ਚੰਨ ਗ੍ਰਹਿਣ ਲੱਗਾ, ਪਹਿਲੇ ਸੂਰਜ ਗ੍ਰਹਿਣ ਲੱਗਾ, ਫਿਰ ਚੰਨ ਗ੍ਰਹਿਣ ਲੱਗਾ। ਇੱਕ ਦਿਨ ਦੇ ਵਿੱਚ ਹੀ ਦੋ ਗ੍ਰਹਿਣ ਲੱਗੇ ਨਾ। ਇਹਨੇ ਆਪਣੇ ਜਨਾਬ ਸਿਆਣਿਆਂ ਨੂੰ ਬੁਲਾ ਲਿਆ, ਉਹਨਾਂ ਕੋਲ ਤਾਬੀਰ ਪੁੱਛੀ। ਉਹਨੇ ਆਖਿਆ ਬੱਚਾ ਪੈਦਾ ਹੋਏਗਾ ਜਿਹੜਾ ਤੇਰੀ ਹਕੂਮਤ ਖਤਮ ਕਰ ਦੇਗਾ। ਇਹ ਕਹਿੰਦਾ ਮੈਂ ਬੱਚਾ ਪੈਦਾ ਹੋਣ ਦੇਣਾ ਹੀ ਕੋਈ ਨਹੀਂ। ਕਹਿੰਦਾ ਮੈਂ ਬੱਚਾ ਪੈਦਾ ਹੋਣ
ਦੇਣਾ ਹੀ ਕੋਈ ਨਹੀਂ ਤੇ ਅੱਲਾ ਦੇ ਮਾਮਲੇ ਨੂੰ ਕੌਣ ਟਾਲ ਸਕਦਾ? ਇਹਨੇ ਕਿਹਾ ਮਰਦ ਔਰਤਾਂ ਤੋਂ ਇਲਾਦਾ ਹੋ ਜਾਣ, ਆਪਣਾ ਦਾਰੁਲ ਹਕੂਮਤ ਲੈ ਕੇ ਬਾਹਰ ਚਲਾ ਗਿਆ, ਮਰਦਾਂ ਨੂੰ ਔਰਤ ਤੋਂ ਇਲਾਦਾ ਕਰ ਦਿੱਤਾ। ਅੱਲਾਹ ਅਕਬਰ ਅੱਲਾਮ। ਤੇ ਇਹ ਜਿਹੜਾ ਤਾਰਕ ਬਿਨ ਨਗੂਰ ਸੀ ਨਾ, ਇਹਦੀ ਬੀਵੀ ਦਾ ਨਾਂ ਅਮੀਲਾ, ਇਹਦੇ ਵਿੱਚੋਂ ਪਹਿਲੇ ਇੱਕ ਬੇਟਾ ਸੀ ਹਰਾਨ ਨਾਮੀ, ਔਰ ਇਹ ਆਪਣੇ ਬੱਚੇ ਨੂੰ ਲੈ ਕੇ ਵੀ ਬਾਹਰ ਚਲਾ ਗਿਆ। ਔਰਤ ਅਲੈਦਮ, ਇਹ ਅਲੈਦਮ ਤੇ ਰੱਬ ਦੀ ਕਰਨੀ ਹੋਈ। ਇਹ ਜਿਹੜਾ ਨਮਰੂਦ ਹੈ ਨਾ, ਇਹਨੂੰ ਜਨਾਬ ਕੰਮ ਪਿਆ ਮਹਿਲ ਦੇ ਵਿੱਚੋਂ ਕੋਈ ਸ਼ੈ ਮੰਗਵਾਉਣ ਦਾ। ਔਰਤਾਂ ਸ਼ਹਿਰ ਦੇ ਅੰਦਰ ਸਨ, ਮਰਦ ਸ਼ਹਿਰ ਤੋਂ ਬਾਹਰ ਸਨ। ਇਹਨੇ ਆਖਿਆ ਤਾਰਿਕ ਓਏ ਆਦਰ, ਤੇਰੇ ਤੋਂ ਇਲਾਵਾ ਕੋਈ ਬੰਦਾ ਮੈਨੂੰ ਨਜ਼ਰ ਨਹੀਂ ਆਉਂਦਾ, ਜਾਂ ਮੇਰੀ ਫਲਾਂ ਸ਼ਾਹ ਲੈ ਕੇ ਆ ਤੇ ਮੇਰੀ ਗੱਲ ਸੁਣ, ਸਿੱਧਾ ਜਾਵੀਂ ਤੇ ਸਿੱਧਾ ਆਵੀਂ। ਤਾਰਕ ਜਨਾਬ ਇੱਥੋਂ ਨਿਕਲਿਆ, ਸ਼ਹਿਰ ਦੇ ਅੰਦਰ ਆਇਆ, ਮਹਿਲ ਦੇ ਵਿੱਚੋਂ ਉਹ ਚੀਜ਼ ਲਈ। ਦਿਲ ਕੀਤਾ ਮੈਂ ਆਪਣੀ ਬੀਵੀ ਨੂੰ ਮਿਲੀ ਜਾਵਾਂ, ਆਪਣੀ ਬੀਵੀ ਦੇ ਕੋਲ ਗਿਆ ਨਾ, ਉਹ ਅੱਲਾਹ ਪਾਕ ਦਾ ਅਮਰ ਪੂਰਾ ਹੋ ਗਿਆ, ਕਿਉਂਕਿ ਕੁਰਾਨ ਕਹਿੰਦਾ ਇਨਮਾ ਅਮਰੂਹੁਮ ਇਜ਼ਾ ਅਰਾਦਾ ਸ਼ਈਅਨ ਅਨ ਯਕੂਲ ਲਹੂਮ ਕੁਨ ਫਯਕੂਨ। ਅੱਲਾਹ ਪਾਕ ਜਦੋਂ ਇਰਾਦੇ ਫਰਮਾ ਲੈਂਦੇ ਨੇ ਫਿਰ ਕੋਈ ਉਹਨੂੰ ਟਾਲ ਨਹੀਂ ਸਕਦਾ, ਕੋਈ ਉਹਨੂੰ ਮੋੜ ਨਹੀਂ ਸਕਦਾ। ਅੱਲਾਹ ਕਹਿੰਦੇ ਨੇ ਅਸੀਂ ਕਹਿੰਦੇ ਹੋ ਜਾ ਤੇ ਕੰਮ ਆਪੇ ਹੀ ਪੂਰਾ ਹੋ ਜਾਂਦਾ ਏ। ਕੋਈ ਰੱਬ ਦੇ ਕੰਮ ਨੂੰ ਕੋਈ ਟਾਲ ਸਕਦਾ? ਉਹ ਮਾਮਲਾ ਹੋ ਗਿਆ। ਇਹ ਡਰਦੇ ਆ ਨਾ ਆਪਦੇ ਜਿਹੜਾ ਬਾਦਸ਼ਾਹ ਨਮਰੂਦ ਸੀ ਉਹਨੂੰ ਵੀ ਨਾ ਦੱਸਿਆ, ਤੇ ਆਪਣੀ ਬੀਵੀ ਤੇ ਆਪਣੀ ਲੌਂਡੀ ਨੂੰ ਮੁਕਾਮੇ ਉਰ ਤੇ ਛੱਡ ਆਇਆ। ਉਹ ਜਾਗੀਰ ਜਿਹੜੀ ਇਹਨੂੰ ਨਮਰੂਦ ਨੇ ਦਿੱਤੀ ਉੱਥੇ ਛੱਡ ਕੇ ਆ ਗਿਆ, ਤੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਪੈਦਾ ਹੋ ਗਏ, ਤੇ ਡੇਢ ਸਾਲ ਤੱਕ ਬਾਪ ਨੂੰ ਪਤਾ ਨਾ ਲੱਗਾ। ਅੱਲਾਹ ਅਕਬਰ ਅੱਲਾਹ। ਤੇ ਡੇਢ ਸਾਲ ਬਾਅਦ ਜਦੋਂ ਪਤਾ ਲੱਗਾ ਨਾ, ਉਦੋਂ ਨਮਰੂਦ ਆਪਣਾ ਦਾਰੁਲ ਹਕੂਮਤ ਲੈ ਕੇ ਅੰਦਰ ਆ ਗਿਆ, ਸ਼ਹਿਰ ਦੇ ਅੰਦਰ ਆ ਗਿਆ, ਤੇ ਇਹਨੇ ਆਪਣੇ ਸਜਣਾ ਨੂੰ ਬੁਲਾ ਲਿਆ। ਕਹਿੰਦਾ ਮੈਨੂੰ ਮਸ਼ਵਰਾ ਦੱਸੋ, ਮੇਰੇ ਘਰ ਬੱਚਾ ਪੈਦਾ ਹੋਇਆ ਫਲਾਂ ਜਗ੍ਹਾ ਤੇ ਔਰ ਨਵੇਂ ਮੁਕਾਮ ਤੇ, ਬੱਚਾ ਮੌਜੂਦ ਏ। ਇਹਦੇ ਦਬੇਲੀ ਕਹਿਣ ਲੱਗੇ ਆਦਰ ਡਰਨਾ, ਬਾਦਸ਼ਾਹ ਨੂੰ ਭੁੱਲ ਗਿਆ, ਡੇਢ ਸਾਲ ਲੰਘ ਗਿਆ, ਵੇਲਾ ਲੰਘ ਗਿਆ ਏ, ਹੁਣ ਬਾਦਸ਼ਾਹ ਨੂੰ ਕਿੱਥੋਂ ਯਾਦ ਹੋਣਾ। ਇਹਨੇ ਰਾਤੋਂ ਰਾਤ ਆਪਣੇ ਬੇਲੀਆਂ ਨੂੰ ਲਿਆ, ਆਪਣੇ ਸਜਣਾ ਨੂੰ ਲਿਆ, ਔਰ ਦੇ ਮੁਕਾਮ ਤੇ ਪਹੁੰਚ ਗਿਆ ਨਾ, ਹਜ਼ਰਤ ਇਬਰਾਹੀਮ ਨੂੰ ਮਿਲਿਆ ਨਾ। ਮੁਫਸਰੀਨ ਲਿਖਦੇ ਨੇ ਡੇਢ ਸਾਲ ਦਾ ਬੱਚਾ 15 ਸਾਲਾਂ ਦਾ ਲੱਗਦਾ ਪਿਆ ਏ, ਡੇਢ ਸਾਲ ਦਾ ਬੱਚਾ ਨਾ 15 ਸਾਲਾਂ ਦਾ ਲੱਗਦਾ। ਅੱਲਾ ਨੇ ਬਚਾਵਣਾ ਸੀ ਨਾ,
حضرت ابراہیم علیہ السلام نوں ملے ماں نے دسیا پتراں تیرا باپ ہی باپ اپنے پتر نوں ملیا تے پتر نوں لے کے گھراں نوں جان لگ پے اللہ اکبر اللہ حضرت ابراہیم علیہ السلام کدی غار دے وچوں باہر نہیں نکلے سن اج اللہ دا پیغمبر باہر نکلیا درختاں تے نظراں پے گئیاں ابراہیم دیاں پرندیاں تے نظراں پے گئیاں اللہ اکبر اللہ کیونکہ ماں دے نال منوج سن ماں دے نال انسیت سی کہن لگے امی جان انہاں نوں وی بنان والا کوئی ہوئے گا آ درختاں نوں بنان والا آ درختاں دی تخلیق کرن والا امی جان کوئی نہ کوئی تا ہوئے گا ماں کہن لگی پتر کے کو جیاں گلاں کرن کہندے نے امی جان چلو مینوں اے دسو نا میرا رب کون ہے ماں کہن لگی تیرا رب میں ہاں تے کہن لگا امی جان تہاڈا رب کون ہے ماں کہن لگی میرا رب تیرا باپ ہے تے کہن لگا امی جان میرے باپ دا رب کون ہے کہن لگی ہاں تیرے باپ دا رب تے نمرود ہے کہن لگے امی جان نمرود دا رب کون ہے ماں کہندی پتر بہتے سوال نہ کرنا باپ وی سندا پیا بڑے حیران ہو رہے نے 15 مہینیاں دا بچہ کیہو جیاں گلاں کرتا پیا اللہ اکبر اللہ حضرت ابراہیم علیہ السلام اپنے گھر آ گئے اپنے بڑا حیران نو ملے ملاقاتاں ہویاں وقت لنگدا گیا اللہ پاک نے ایک پتر اور عطا فرما دتا حضرت ابراہیم علیہ السلام نو اللہ پاک نے ایک بڑا اور عطا فرما دتا ایندا نام نخور رکھیا اللہ کو اکبر اللہ ہن پتر جوان ہو گئے باپ کہندا اے میرے پتروں تسی جوان ہو گئے جی میرے کاروبار دے بامبیلی بن جاؤ پتر جوان ہو جائے باپ نو فکر ہوندی اے اینو میں اپنی دکان تے بٹھا دیاں اینو میں اپنے کاروبار تے بٹھا دیاں میرا پتر میرا کاروبار سنبھال لوے میرا پتر میری دکان سنبھال لوے اللہ کو اکبر اللہ ایویں بڑا خون دے باپ نو فکر لگی اے اے میرے بیٹے میرا دل کردا اے تسی تین جوان پتر جے میں تاں بڈھا ہو گیا واں میرے کاروبار نو سنبھال لو نا پترو ہن میں باہر جا کے بتاں نو ویچ نہیں سکدا تسی بت ویچ کے آیا کرو نا حضرت ابراہیم علیہ السلام نو ہی بت ونڈ دیندا اے اپنے تیناں پتراں نو بت ونڈ دیندا اے علاقے ونڈ دیندا اے کیونکہ 500,000 آبادی والا شہر بابل کہندا اے ایک نو کہندا توں ادھر چلا جا دوجے نو کہندا ادھر چلا جا تیجے نو کہندا سامنے چلا جا اللہ کو اکبر اللہ دو برا بت ویج کے آندے نے باپ نو پیسے دے دیندے نے حضرت ابراہیم علیہ السلام
ਐਨ ਕਰਕੇ ਭੂਤਾਂ ਦੇ ਗਲਾਂ ਚ ਰੱਸੀ ਪਾਈ ਹੋਈ ਏ। ਆਵਾਜ਼ਾਂ ਲਾਉਂਦੇ ਪੈਣੇ ਕਹਿੰਦੇ ਕੀ ਨੇ, ਓਏ ਗਲੀ ਗਲੀ ਵਿੱਚ ਹੋਕਾ ਲਾਵੇ, ਗਲੀ ਗਲੀ ਵਿੱਚ ਹੋਕਾ ਲਾਵੇ, ਇਬਰਾ ਗੀਮ ਨੁਬਾਨਾ, ਲੈ ਲਓ ਠਾਕਰ ਲੈ ਲਓ ਠਾਕਰ, ਜਸ਼ਨ ਦੋ ਜਗ ਜਾਣਾ, ਐ ਲੋਗੋ ਆ ਮਬੂਦ ਤੂੰ ਸਾਡੇ, ਤੇ ਵਿਕ ਦਿਨ ਪਾਸ ਸਾਡੇ, ਖਰੀਦ ਲਵੋ ਮਤ ਖਫਗੀ ਪਰੋ, ਕਰਨ ਚਲਾਣ ਤੂੰ ਸਾਡੇ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਆਵਾਜ਼ਾਂ ਲਾਉਂਦੇ ਪੈਣੇ, ਲੋਗੋ ਆਪਣੇ ਬੁੱਤ ਖਰੀਦ ਲਵੋ ਨਾ, ਆਪਣੇ ਬੁੱਤ ਖਰੀਦ ਲਵੋ ਨਾ। ਸਾਰੀ ਦਿਹਾੜੀ ਤੁਰੁੰਦੇ ਨੇ, ਸ਼ਾਮ ਨੂੰ ਛੱਪੜ ਦੇ ਕਿਨਾਰੇ ਲੈ ਜਾਂਦੇ ਨੇ। ਇਬਰਾਹੀਮ ਅਲੈਹਿਸ ਸਲਾਮ ਇਹਨਾਂ ਨੂੰ ਛੱਪੜ ਚੋਂ ਛੱਡ ਦਿੰਦੇ ਨੇ, ਕਹਿੰਦੇ ਨੇ ਤੁਸੀਂ ਥੱਕੇ ਜੇ, ਤੁਹਾਨੂੰ ਪਿਆਸ ਲੱਗੀ ਹੋਏਗੀ, ਤੁਹਾਡੇ ਤੇ ਮਿੱਟੀ ਪਈ ਹੋਈ ਏ, ਆਪਣੇ ਆਪ ਨੂੰ ਸਾਫ਼ ਕਰ ਲਵੋ ਨਾ। ਅੱਲਾਹ ਅਕਬਰ ਅੱਲਾ, ਰੱਜ ਰੱਜ ਕੇ ਪਾਣੀ ਪੀ ਲਵੋ ਨਾ, ਜਿੱਥੇ ਬਾਦੀ ਦਾ ਗੰਦਾ ਪਾਣੀ ਆਉਂਦਾ ਹੈ। ਇਬਰਾਹੀਮ ਅਲੈਹਿਸ ਸਲਾਮ ਗੰਦੇ ਪਾਣੀ ਚੋਂ ਟੁੱਬੀਆਂ ਲਗਵਾ ਰਹੇ ਨੇ, ਇਹ ਬੱਤੀ ਬਾਰੇ ਵੇਖਦੇ ਪੈਣੇ, ਬਾਈਬਲ ਸ਼ਹਿਰ ਬਾਰੇ ਵੇਖਦੇ ਪੈਣੇ, ਪਰ ਕੋਈ ਬੰਦਾ ਅੱਗੇ ਹੱਥ ਨਹੀਂ ਪਾਉਂਦਾ। ਵਜ਼ੀਰ ਦਾ ਮੁੰਡਾ, ਵਜ਼ੀਰ ਦਾ ਪੁੱਤਰ, ਅੱਲਾਹ ਅਕਬਰ ਅੱਲਾ, ਬੜੇ ਦਿਨ ਤੱਕ ਵੀ ਹੁੰਦਾ ਰਿਹਾ ਨਾ, ਆਖਿਰਕਾਰ ਬੱਤੀ ਬਾਰੇ ਮਿਲ ਕੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੇ ਬਾਪ ਕੋਲ ਆ ਗਏ। ਓਏ ਆਦਰ, ਤੇਰੇ ਪੁੱਤ ਦੇ ਆ ਕੰਮ ਨੇ, ਤੂੰ ਤਾਂ ਬੁੱਤ ਬਣਾਉਣਾ, ਇਹ ਬੁੱਤਾਂ ਦੀ ਤਦਲੀਲ ਕਰਦਾ, ਇਹ ਬੁੱਤਾਂ ਨੂੰ ਸੁਆ ਕਰਦਾ, ਆਪਣੇ ਪੁੱਤ ਨੂੰ ਸਮਝਾ ਲੈ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਬਾਪ ਨੇ ਬੁਲਾ ਲਿਆ ਨਾ, ਬਾਪ ਨੇ ਝਿੜਕਿਆ। ਮੁਫਸਰੀਨ ਲਿਖਦੇ ਨੇ ਪਹਿਲੀ ਵਾਰੀ ਬਾਪ ਨੇ ਹਜ਼ਰਤ ਇਬਰਾਹੀਮ ਨੂੰ ਝਿੜਕਿਆ, ਬੁੱਤਾਂ ਦੀ ਵਜ੍ਹਾ ਕਰਕੇ ਝਿੜਕਿਆ। ਅੱਲਾਹ ਅਕਬਰ ਅੱਲਾ, ਇਬਰਾਹੀਮ ਕਹਿੰਦੇ ਨੇ ਅੱਬਾ ਜਾਨ, ਆ ਤੁਹਾਡੇ ਪੁੱਤ ਪੈ ਜੇ, ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਅੱਲਾਹ ਅਕਬਰ ਅੱਲਾ, ਮਾਂ ਵੀ ਬੜੀ ਪਰੇਸ਼ਾਨ ਏ, ਮਾਂ ਕਹਿੰਦੀ ਪੁੱਤਰਾ ਮੈਨੂੰ ਤੇਰੀ ਗੱਲ ਤਾਂ ਚੰਗੀ ਲੱਗਦੀ ਏ। ਇਬਰਾਹੀਮ ਤਾਂ ਪਤਾਸ਼ੀ ਤੌਰ ਤੇ ਮੁਆਹਿਦ ਸਨ, ਅੱਲਾ ਨੂੰ ਮੰਨਣ ਵਾਲੇ ਸਨ, ਉਹ ਨਬੀ ਜਿਹੜਾ ਵੀ ਹੁੰਦਾ ਪੈਦਾ ਹੁੰਦਿਆਂ ਨਾਲ ਰੱਬ ਵਾਲਾ ਹੁੰਦਾ, ਮਾਂ ਦੇ ਪੇਟ ਚੋਂ ਵੀ ਮੁਆਖਤ ਹੁੰਦਾ। ਹਜ਼ਰਤ ਇਬਰਾਹੀਮ ਕਹਿੰਦੇ ਨੇ ਅੰਮੀ ਜਾਨ, ਆ ਜਿਹੜੇ ਬੁੱਤਾਂ ਦੀ ਤੁਸੀਂ ਪੂਜਾ ਕਰਦੇ ਜੇ, ਮੇਰੇ ਨਜ਼ਦੀਕ ਇਹ ਨਾ ਕਿਸੇ ਦਾ ਨਫਾ ਕਰ ਸਕਦੇ ਨੇ, ਨਾ ਕਿਸੇ ਦਾ ਨੁਕਸਾਨ ਕਰ ਸਕਦੇ ਨੇ। ਕੋਈ ਬੁੱਤ ਵੀ ਨਫਾ ਨੁਕਸਾਨ ਕਰ ਸਕਦਾ, ਬੁੱਤ ਕਰ ਸਕਦਾ ਨਫਾ ਨੁਕਸਾਨ, ਭਾਵੇਂ ਉਹ ਲੱਕੜ ਦਾ ਹੋਵੇ, ਭਾਵੇਂ ਉਹ ਪੱਥਰ ਦਾ ਹੋਵੇ, ਤੇ ਭਾਵੇਂ ਉਹ ਮਾਸ ਦਾ ਹੋਵੇ, ਭਾਵੇਂ ਉਹ ਹੁਣ ਬੰਦੇ ਚੋਂ ਰੂਹ ਨਿਕਲ ਜਾਏ ਤੇ ਬੁੱਤ ਹੀ ਹੈ ਨਾ। ਆਂਦੇ ਨੇ ਨਾ ਬੁੱਤ ਪਿਆ ਬੰਦੇ ਦਾ, ਰੂਹ ਹੋਵੇ ਤੇ ਚੱਲਦਾ ਫਿਰਦਾ ਬੰਦਾ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦਾ ਬੁੱਤ ਬਣਾ ਕੇ ਰੱਬ ਨੇ ਆਂਦੇ ਨੇ 40 ਸਾਲ ਰੱਖਿਆ ਸੀ, ਬੁੱਤ ਹੀ ਸੀ ਨਾ, ਫਿਰ ਹੀ ਰੂਹ ਫੂਕੀ ਸੀ। ਦੁਆ ਕਰੋ ਅੱਲਾ ਅਕੀਦੇ ਦੀ ਸਲਾਹ ਨਸੀਬ ਫਰਮਾ ਦੇ। ਜਿੰਦਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਮਰ ਕੇ ਸਾਰਾ ਕੁਝ ਕਰ ਸਕਦਾ ਨਹੀਂ। ਓਏ ਤੌਹੀਦ ਵਾਲਾ ਬਣ ਜਾ, ਅੱਲਾ ਦੁਨੀਆ ਵੀ ਬਣਾ ਦੇਣਗੇ ਤੇ ਅਗਲਾ ਜਹਾਨ ਵੀ ਬਣਾ ਦੇਣਗੇ।
ਮੇਰੇ ਵੀਰ ਤੌਹੀਦ ਬੜੀ ਸ਼ੈ ਆ, ਰੱਬ ਨੂੰ ਛੱਡ ਕੇ ਤੂੰ ਬੰਦਾ, ਜਿਹੜਾ ਬੰਦਾ ਰੱਬ ਨੂੰ ਛੱਡਦਾ ਉਹ ਮੁੜ ਜਲੀਲ ਹੀ ਹੁੰਦਾ, ਜਿਹੜਾ ਰੱਬ ਵਾਲਾ ਬਣ ਜਾਂਦਾ ਅੱਲਾ ਦੁਨੀਆ ਤੇ ਵੀ ਇੱਜ਼ਤਾਂ ਦਿੰਦੇ ਨੇ, ਅਗਲੇ ਜਹਾਨ ਵੀ ਇੱਜ਼ਤਾਂ ਸਾਫ ਫਰਮਾ ਦਿੰਦਾ। ਤੇ ਪਤਾ ਕਹਿਣ ਵਾਲਾ ਕਹਿੰਦਾ ਓਏ ਬੰਦਾ ਬਣ ਜਾ ਰੱਬ ਨੂੰ ਸੋਰ ਮੀਆਂ, ਓਏ ਬੰਦਾ ਬਣ ਜਾ ਰੱਬ ਨੂੰ ਸੋਰ ਮੀਆਂ, ਓ ਜਿੰਦੇ ਬਿਨਾ ਨਾ ਦੂਜਾ ਹੋਰ ਮੀਆਂ, ਓਏ ਪਰਾਂ ਛੱਡ ਦੇ ਚਟਣੀ ਗੋਰ ਮੀਆਂ, ਪੜ ਲਾ ਇਲਾਗਾ ਇਲਾਲਾ, ਓ ਦਾਣੇ ਬੁਣ ਕੇ ਜ਼ਮੀਨ ਵਿੱਚ ਬੋਨਾ ਕਿਉਂ, ਓ ਦਾਣੇ ਬੁਣ ਕੇ ਜ਼ਮੀਨ ਵਿੱਚ ਬੋਨਾ ਕਿਉਂ, ਹਾਲ ਛੋੜ ਜ਼ਮੀਨ ਵਿੱਚ ਚੋਨਾ ਕਿਉਂ, ਓ ਥਨ ਛੱਡ ਕੇ ਪੁਛਲ ਚੋਨਾ ਕਿਉਂ, ਪੜ ਲਾ ਇਲਾਗਾ ਇਲਾਲਾ, ਓ ਮੋਤੀ ਲੱਭਦੇ ਨਹੀਂ ਬੀਆ ਬਾਣ ਅੰਦਰ, ਪੁੱਤ ਲੱਭਦੇ ਨਹੀਂ ਕਬਰਸਤਾਨ ਅੰਦਰ, ਪੜ ਲਾ ਇਲਾਗਾ ਇਲਾਲਾ। ਕਹਿੰਦੇ ਨੇ ਅੰਮੀ ਜਾਣ ਮੇਰੇ ਨਜ਼ਦੀਕ ਨਾ ਨਫਾ ਕਰ ਸਕਦੇ ਨੇ ਨਾ ਨੁਕਸਾਨ ਕਰ ਸਕਦੇ ਨੇ। ਬਾਪ ਦੇ ਨਾਲ ਹਜ਼ਰਤ ਇਬਰਾਹੀਮ ਦੀ ਵਿਗੜ ਗਈ। ਬਾਪ ਕਹਿੰਦਾ ਇਬਰਾਹੀਮ ਮੇਰੇ ਬੁੱਤਾਂ ਨੂੰ ਕੁਝ ਨਾ ਆਖਿਆ ਕਰ। ਅੱਲਾਹੁ ਅਕਬਰ ਅੱਲਾ। ਕਹਿੰਦੇ ਨੇ ਅੱਬਾ ਜਾਣ ਮੈਂ ਤੁਹਾਡੇ ਬੁੱਤਾਂ ਨੂੰ ਕੁਝ ਨਹੀਂ ਆਉਂਦਾ, ਆਪਣਾ ਕਾਰੋਬਾਰ ਆਪੇ ਸੰਭਾਲ ਲਵੋ ਨਾ। ਹਜ਼ਰਤ ਇਬਰਾਹੀਮ ਇਕੱਲੇ ਰਹਿਣ ਲੱਗ ਪਏ। ਅੱਲਾਹੁ ਅਕਬਰ ਅੱਲਾ। ਹੁਣ ਮਾਂ ਬੜੀ ਪਰੇਸ਼ਾਨ ਹੈ। ਬਾਦ ਮੁਫਸਰੀਨ ਕਹਿੰਦੇ ਨੇ ਮਾਂ ਪਰੇਸ਼ਾਨੀ ਨਾਲ ਫੌਤ ਹੋ ਗਈ। ਬਾਦ ਕਹਿੰਦੇ ਨੇ ਮਾਂ ਜ਼ਿੰਦਾ ਰਹੀ ਨਾ। ਅੱਲਾਹੁ ਅਕਬਰ ਅੱਲਾ। ਹਜ਼ਰਤ ਇਬਰਾਹੀਮ ਐਨ ਕਰਕੇ ਵਿਰਾਨਿਆਂ ਜੋ ਜਾਣ ਲੱਗ ਪਏ, ਇਕੱਲੇ ਜਾ ਕੇ ਬਹਿ ਜਾਂਦੇ ਨਾ। ਐਨ ਕਰਕੇ ਕੁਦਰਤ ਦੇ ਉੱਤੇ ਗੌਰ ਕਰਦੇ, ਆਖਰ ਕੋਈ ਨਾ ਕੋਈ ਤਾਂ ਹੈ ਨੂੰ ਬਣਾਉਣ ਵਾਲਾ, ਆਖਰ ਕੋਈ ਨਾ ਕੋਈ ਹੈ ਆ ਸਾਰਾ ਨਿਜ਼ਾਮ ਚਲਾਉਣ ਵਾਲਾ। ਸੂਰਜ ਆਪਣੇ ਟਾਈਮ ਤੇ ਨਿਕਲਦਾ, ਆਪਣੇ ਟਾਈਮ ਤੇ ਗਰੂਬ ਹੋ ਜਾਂਦਾ। ਆ ਜਿਹੜਾ ਸੂਰਜ ਆਪਣੇ ਟਾਈਮ ਤੇ ਗਰੂਬ ਹੁੰਦਾ, ਚੰਨ ਸਿਤਾਰੇ ਆਪਣੇ ਟਾਈਮ ਤੇ ਆਉਂਦੇ ਨੇ, ਆ ਦਰਖਤ ਨੇ, ਆ ਚਰਿੰਦੇ ਨੇ, ਆ ਪਰਿੰਦੇ ਨੇ, ਆ ਪਹਾੜ ਨੇ, ਇਹਨਾਂ ਨੂੰ ਕੋਈ ਨਾ ਕੋਈ ਤਾਂ ਬਣਾਉਣ ਵਾਲਾ ਹੈ। ਇੱਕ ਦਿਨ ਸੋਚਦੇ ਪਏ ਨੇ, ਅੱਲਾਹ ਫਰਮਾਉਂਦੇ ਨੇ ਯਾਰ ਜਬਰੀਲ ਹੁਣ ਮੇਰੇ ਇਬਰਾਹੀਮ ਕੋਲ ਚਲਾ ਜਾ। ਹਜ਼ਰਤ ਇਬਰਾਹੀਮ ਟੰਗਾਂ ਪਲਮਾ ਕੇ ਬੈਠੇ ਹੋਏ ਨੇ, ਪਹਾੜ ਦੀ ਚੋਟੀ ਤੇ ਬੈਠੇ ਹੋਏ ਨੇ। ਹਜ਼ਰਤ ਜਬਰੀਲੇ ਅਮੀਨ ਆ ਗਏ, ਐਨ ਕਰਕੇ ਕੰਧੇ ਤੇ ਹੱਥ ਰੱਖਿਆ। ਇਬਰਾਹੀਮ ਨੇ ਪਿਛਾ ਵੇਖਿਆ, ਜਬਰੀਲੇ ਅਮੀਨ ਖੜੇ ਹੋਏ ਨੇ, ਡਰ ਗਏ। ਕਹਿਣ ਲੱਗੇ ਜਬਰੀਲ ਡਰਨਾ, ਓ ਇਬਰਾਹੀਮ ਤੈਨੂੰ ਮੁਬਾਰਕ, ਅੱਲਾ ਨੇ ਤੈਨੂੰ ਆਪਣਾ ਨਬੀ ਬਣਾ ਲਿੱਤਾ ਗਏ, ਤੂੰ ਨਬੀ ਬਣ ਗਿਆ, ਤੈਨੂੰ ਰੱਬ ਨੇ ਨਬੂਤਾਂ ਨਾਲ ਸਰਫਰਾਜ਼ ਫਰਮਾ ਦਿੱਤਾ। ਕੁਰਾਨ ਕਾਦਾ ਵਾਲਾ ਕਾਦਿਸਤਾ ਫੈਨਾ ਗੂ ਫੀ ਦੁਨੀਆ, ਅਸੀਂ ਇਬਰਾਹੀਮ ਨੂੰ ਦੁਨੀਆ ਤੋਂ ਚੁਣ ਲਿਆ ਨਾ। ਅੱਲਾਹੁ ਅਕਬਰ ਅੱਲਾ। ਸਾਰੀ ਗੱਲ ਸਮਝਾ ਦਿੱਤੀ, ਕਹਿਣ ਲੱਗੇ ਇਬਰਾਹੀਮ ਤੂੰ ਨਬੀ ਬਣ ਗਿਆ, ਨਬੂਤਾਂ ਦੇ ਬਾਰੇ ਦੱਸ ਦਿੱਤਾ, ਰੱਬ ਦੇ ਪੈਗਾਮ ਦੇ ਬਾਰੇ ਸੁਣਾ ਦਿੱਤਾ। ਕਹਿੰਦੇ ਨੇ ਹੁਣ ਜਾ ਕੇ ਕੌਮ ਨੂੰ ਵਾਦ ਕਰ। ਕਹਿੰਦੇ ਨੇ ਸਭ ਤੋਂ ਜਾ ਕੇ ਪਹਿਲੇ ਕਿਹਨੂੰ ਵਾਦ ਕਰਨ? ਕਹਿੰਦੇ ਨੇ ਜਾ ਕੇ ਆਪਣੇ ਬਾਪ ਨੂੰ ਵਾਦ ਕਰਨ।
ਹਜ਼ਰਤ ਇਬਰਾਹੀਮ ਘਰ ਆ ਗਏ, ਆਪਣੇ ਬਾਪ ਨਾਲ ਮੁਲਾਕਾਤ ਕੀਤੀ। ਬਾਬਨ ਕਰਕੇ ਉਹ ਸਨਮ ਕਦਾ ਦੇ ਅੰਦਰ ਜਿੱਥੇ ਬੁੱਤ ਬਣਾਉਂਦਾ ਸੀ ਉਹਦੇ ਅੰਦਰ ਦਾਖਲ ਹੋ ਰਿਹਾ। ਇਬਰਾਹੀਮ ਨੇ ਆਵਾਜ਼ ਮਾਰੀ, ਇਦੋ ਕਾਲ ਅਲੀ ਅਬੀਗੀ ਯਾ ਅਬਤਿਨ ਮਨ ਤਾਬੂਦੂ ਮਾ ਲਾ ਯਸਮਾਉ ਵਲਾ ਯੁਬਸਿਰੂ ਵਲਾ ਯੁਗਨੀ ਅੰਕਾ ਸ਼ਈਆ। ਐ ਮੇਰੇ ਅੱਬਾ ਜਾਨ ਮੇਰੀ ਗੱਲ ਸੁਣਿਆ ਜੇ, ਮੇਰੀ ਗੱਲ ਸੁਣਿਆ ਜੇ। ਬਾਪ ਕਹਿੰਦਾ ਪੁੱਤਰ ਇਬਰਾਹੀਮ ਕੀ ਗੱਲ ਹੈ? ਕਹਿੰਦੇ ਅੱਬਾ ਜਾਨ ਮੈਨੂੰ ਇੱਕ ਗੱਲ ਦੱਸੋ, ਆ ਬੁੱਤਾਂ ਦੀ ਪੂਜਾ ਕਿਉਂ ਕਰਦੇ ਜੇ? ਜਿਹੜਾ ਨਾਮ ਤੁਹਾਡਾ ਨਫਾ ਕਰ ਸਕਦੇ ਨੇ ਨਾ ਨੁਕਸਾਨ ਕਰ ਸਕਦੇ ਨੇ। ਉਤਲੇ ਸਪੀਕਰ ਬੰਦ ਕਰ ਦੋ। ਨਾ ਨਫਾ ਕਰ ਸਕਦੇ ਨੇ ਨਾ ਨੁਕਸਾਨ ਕਰ ਸਕਦੇ। ਤੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਨਾ ਬਾ ਆਪਣੇ ਅੱਜ ਕਰਕੇ ਘੂਰੀ ਪਾਈ, ਘੂਰੀ ਪਾ ਕੇ ਵੇਖਿਆ ਨਾ, ਕਹਿੰਦਾ ਇਬਰਾਹੀਮ ਮੈਂ ਤੈਨੂੰ ਬੜੀ ਵਾਰੀ ਰੋਕਿਆ। ਕਹਿੰਦੇ ਨੇ ਅੱਬਾ ਜਾਨ ਮੇਰੀ ਗੱਲ ਸੁਣ ਲਓ, ਬੁਰੀ ਗੱਲ ਸੁਣ ਲਓ। ਯਾ ਬਾਤੀਨ ਕਦ ਜਾ ਅਨੀ ਮਿਨ ਅਲਿਲਮ ਮਾਲਮ ਯਾਦੀ ਕਮ। ਅੱਬਾ ਜਾਨ ਮੇਰੇ ਕੋਲ ਕਿਹੋ ਜਿਹਾ ਇਲਮ ਆ ਗਿਆ, ਅੱਲਾ ਨੇ ਮੈਨੂੰ ਨਬੀ ਬਣਾ ਲਿਆ। ਅੱਬਾ ਜਾਨ ਪਹਿਲੇ ਤਾਂ ਕੋਈ ਨਬੀ ਆਪਣੀ ਕੌਮ 'ਚ ਹੈਗਾ ਕੋਈ ਨਹੀਂ। ਆ ਮੇਰੇ ਅੱਬਾ ਜਾਨ ਮੈਨੂੰ ਅੱਲਾ ਨੇ ਨਬੀ ਬਣਾ ਲਿਆ। ਫੱਤਾ ਬੇਨੀ ਆਹਦੀ ਕਸਰਾ ਤਨ ਸਵੀਆ। ਆ ਮੇਰੇ ਅੱਬਾ ਜਾਨ ਮੇਰੇ ਪਿੱਛੇ ਲੱਗ ਜਾਓ, ਮੈਂ ਤੁਹਾਨੂੰ ਸਿੱਧੇ ਰਾਹ ਤੇ ਪਾ ਦਿਆਂਗਾ। ਯਾ ਆਬਤੀ ਲਾ ਤਾਬੂ ਦਿਸ਼ੇ ਲਾ ਤਾਬੂ ਦਿਸ਼ੇ ਤਾਨ ਇਨ ਸ਼ੈਤਾਨ ਕਾਨਾ ਨਿਰਮਾਨ ਅਸੀਆ। ਆ ਮੇਰੇ ਅੱਬਾ ਜਾਨ ਸ਼ੈਤਾਨ ਦੇ ਪਿੱਛੇ ਨਾ ਲੱਗੋ, ਸ਼ੈਤਾਨ ਰੱਬ ਦਾ ਨਾਮ ਫਰਮਾਨ ਜੇ। ਯਾ ਬਾਤੀ ਅਖਾਫੂ ਅਯਮ ਸਕਾ ਦਾਬੂ ਮਿਨ ਰਹਿਮਾਨ ਫਤਕੂਨ ਲਿਸ਼ੈਤਾਨ ਵਲੀਆ। ਆ ਮੇਰੇ ਅੱਬਾ ਜਾਨ ਮੇਰੀ ਗੱਲ ਸੁਣ ਲਓ, ਐ ਮੇਰੇ ਅੱਬਾ ਜਾਨ ਮੈਨੂੰ ਡਰ ਲੱਗਦਾ ਕਿਤੇ ਅੱਲਾ ਵੱਲੋਂ ਤੁਹਾਡੇ ਜ਼ਿਆਦਾ ਬਣਾ ਜਾ, ਤੁਸੀਂ ਸ਼ੈਤਾਨ ਦੇ ਬੇਲੀ ਬਣ ਜਾਓ। ਕਾਲਮ ਅਰਾਗੀ ਬੁਨੰਤਮ ਅਨ ਆਲੀ ਹਤੀਆ ਇਬਰਾਹੀਮ। ਐ ਇਬਰਾਹੀਮ ਮੈਂ ਤੈਨੂੰ ਬੜੀ ਵਾਰੀ ਸਮਝਾਇਆ, ਮੇਰੇ ਤੇ ਮੇਰੇ ਬੁੱਤਾਂ ਦੇ ਮਾਮਲੇ ਚੋਂ ਨਾ ਬੋਲਿਆ ਕਰ, ਮੇਰੇ ਤੇ ਮੇਰੇ ਰੱਬਾਂ ਦੇ ਮਾਮਲੇ ਚੋਂ ਨਾ ਬੋਲਿਆ ਕਰ, ਪਰ ਤੂੰ ਬਾਦ ਨਹੀਂ ਆਉਣਾ। ਐ ਇਬਰਾਹੀਮ ਸੁਣ ਲੈ, ਅੱਜ ਮੈਂ ਤੈਨੂੰ ਅਲਟੀਮੇਟ ਦੇਣ ਲੱਗਾ, ਅੱਜ ਮੈਂ ਤੈਨੂੰ ਆਖਰੀ ਗੱਲ ਸੁਣਾਉਣ ਲੱਗਾ। ਅੱਜ ਤੋਂ ਬਾਅਦ ਜੇ ਤੂੰ ਮੇਰੇ ਰੱਬਾਂ ਦੇ ਮਾਮਲੇ 'ਚੋਂ ਬੋਲਿਆ ਨਾ, ਫਿਰ ਖੂਨ ਦਾ ਲਿਹਾਜ਼ ਨਹੀਂ ਹੋਏਗਾ, ਫਿਰ ਰੱਗਾਂ ਦਾ ਲਿਹਾਜ਼ ਹੋਏਗਾ। ਕਹਿੰਦਾ ਲਾ ਇਲਮ ਤਨ ਤਕੀ ਲਾਰ ਜੁਮੰਨਗਾ, ਫਿਰ ਮੈਂ ਤੈਨੂੰ ਪੱਥਰ ਮਾਰ ਮਾਰ ਕੇ ਰਜਮ ਕਰ ਦੇਵਾਂਗਾ। ਬਾਪ ਕਹਿੰਦਾ ਜੇ ਨਾ ਰੁਕਿਓ ਤੇ ਮਾਰ ਮਾਰ ਕੇ ਰਜਮ ਕਰ ਦਿਆਂਗਾ। ਤੇ ਨਾਲ ਹੀ ਕਹਿੰਦਾ ਵਾਹ ਜੁਰਨੀ ਮਲੀਆ, ਹੁਣ ਮੇਰੇ ਘਰੋਂ ਮਾਂ ਦੱਲਾ ਨਿਕਲ ਜਾ, ਮੇਰਾ ਘਰ ਛੱਡ ਦੇ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਮੇਰੇ ਘਰ ਨੂੰ ਖੈਰ ਬਾਤ ਕਹਿ ਦੇ, ਮੇਰਾ ਖਾ ਕੇ ਮੈਨੂੰ ਤਾਨੇ ਮਾਰਨਾ, ਮੇਰਾ ਖਾ ਕੇ ਮੈਨੂੰ ਬੋਲੀਆਂ ਮਾਰਨਾ, ਮੇਰੀ ਰੋਜ਼ੀ ਖਾਣਾ, ਇਹਨਾਂ ਬੁੱਤਾਂ ਦੀ ਕਮਾਈ ਖਾਣਾ, ਮੈਨੂੰ ਤਾਨੇ ਮਾਰਨਾ। ਅੱਲਾਹ ਕੋ ਅਕਬਰ ਅੱਲਾ ਵਾਹ ਜੁਰਨੀ ਮਲੀ, ਹੁਣ ਮੇਰੇ ਘਰੋਂ ਨਿਕਲ ਜਾ, ਜਾ ਆਪੇ ਕਮਾ ਤੇ ਆਪੇ ਖਾਮ, ਜਾ ਮੇਰਾ ਘਰ ਛੱਡ ਦੇ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਕਹਿੰਦੇ ਨੇ ਕਾਲ ਸਲਾਮ ਅਲੈਕਾ, ਐ ਮੇਰੇ ਅੱਬਾ ਜਾਨ ਤੁਹਾਡੇ ਤੇ ਅੱਲਾ ਦੀਆਂ ਸਲਾਮਤੀਆਂ ਹੋਣ। ਸਾਸਤਗਫਿਰੁ ਲਕਾ ਰੱਬੀ ਇਨਨਾ ਗੁਕਾ ਨਬੀ ਖਫੀਆ, ਅਨ ਗਰੀਬ ਮੈਂ ਆਪਣੇ ਰੱਬ ਦੇ ਕੋਲ ਤੁਹਾਡੇ ਵਾਸਤੇ ਦੁਆਵਾਂ ਕਰਾਂਗਾ, ਅਨ ਗਰੀਬ ਮੈਂ ਰੱਬ ਨੂੰ ਆਖਾਂਗਾ ਯਾ ਅੱਲਾ ਮੇਰੇ ਬਾਪ ਨੂੰ ਹਦਾਇਤ ਦੇ ਦੇ। ਅੱਲਾ ਕੋ ਅਕਬਰ
ਅਲਾਮ ਕਰ ਛੱਡ ਦਿੱਤਾ ਨਾ। ਹਜ਼ਰਤ ਇਬਰਾਹੀਮ ਹੁਣ ਕੌਮ ਵਾਲਿਆਂ ਨੂੰ ਵਾਦ ਕਰਨ ਲੱਗ ਪੈਂ, ਲੋਕਾਂ ਨੂੰ ਹੌਲੀ ਹੌਲੀ ਸਮਝਾਉਣ ਲੱਗ ਪੈਂ, ਆਦਰ ਡਰਦਾ ਪਿਆ, ਕਹਿੰਦਾ ਕੌਮ ਵਾਲਿਆਂ ਦੇ ਕੋਲ ਜਾਏਗਾ, ਆਖਣਗੇ ਮੇਰਾ ਪੁੱਤਰ ਆਪਣੇ ਖਾਨਦਾਨ ਨੂੰ ਬੁਲਾ ਲਿਆ, ਕਹਿੰਦਾ ਯਾਰ ਤੁਸੀਂ ਸਮਝਾਓ ਅਸੀਂ ਇਬਰਾਹੀਮ ਨੂੰ, ਤੁਸੀਂ ਸਮਝਾਓ, ਮੈਨੂੰ ਤਾਂ ਇਹਨੇ ਅੱਗੇ ਲਾ ਦਿੱਤਾ, ਮੈਂ ਤਾਂ ਪਰੇਸ਼ਾਨ ਹਾਂ, ਇਹਨੂੰ ਤੁਸੀਂ ਸਮਝਾਓ। ਸਾਰੀ ਕੌਮ ਇਕੱਠੀ ਹੋ ਗਈ, ਅੱਲਾਹੁ ਅਕਬਰ ਅੱਲਾਹ, ਇਬਰਾਹੀਮ ਵਿੱਚ ਘਰ ਬੈਠੇ ਨੇ, ਇਹਨੂੰ ਕਾਲ ਨਹੀਂ ਅਭੀ ਗੀਮ ਵਾ ਕੌਮੀ ਗੀਮ ਮਾਤਾ ਬੁਦੂਨ, ਸਾਰੇ ਬੈਠੇ ਹੋਏ ਨੇ, ਹਜ਼ਰਤ ਇਬਰਾਹੀਮ ਬੈਠੇ ਹੋਏ ਨੇ, ਕੌਮ ਵਾਲੇ ਕਹਿੰਦੇ ਨੇ ਇਬਰਾਹੀਮ ਤੇਰੇ ਕੋਲ ਕਿਹੜੀ ਗੱਲ ਆ ਗਈ ਹੈ ਜਿੰਦਾ ਸਾਨੂੰ ਨਹੀਂ ਪਤਾ ਲੱਗਾ, ਤੂੰ ਕਿਹੜੀਆਂ ਗੱਲਾਂ ਜਾਣ ਗਿਆ ਜਿੰਦਾ ਸਾਨੂੰ ਨਹੀਂ ਪਤਾ ਲੱਗਾ। ਹਜ਼ਰਤ ਇਬਰਾਹੀਮ ਅਲੈਹਿ ਸਲਾਮ ਕਹਿੰਦੇ ਨੇ ਮੇਰੀ ਗੱਲ ਦਾ ਜਵਾਬ ਦੇ, ਹੁਣ ਕਿੰਦੀਆਂ ਹੀ ਬਾਤਾਂ ਕਰਦੇ ਜੇ, ਇਹਨੂੰ ਕਾਲ ਨਹੀਂ ਅਭੀ ਗੀਮ ਵਾ ਕੌਮੀ ਗੀਮ ਮਾਤਾ ਬੁਦੂਨ, ਵਾ ਕਿੰਦੀਆਂ ਹੀ ਬਾਤਾਂ ਕਰਦੇ ਜੇ, ਕਾਲੂ ਨਾ ਬੁਦੂਨ ਅਸਨਾਮਾਮ, ਵਾ ਇਬਰਾਹੀਮ ਵਿੰਦਾ ਨਹੀਂ ਅਸੀਂ ਬੁੱਤਾਂ ਦੀਆਂ ਹੀ ਬਾਤਾਂ ਕਰਨੇ ਆਮ, ਕਿਹਨਾਂ ਦੀਆਂ ਹੀ ਬਾਤਾਂ, ਰੱਬ ਨੂੰ ਛੱਡਿਆ ਤੇ ਬੰਦਾ ਜ਼ਲੀਲ ਹੀ ਹੁੰਦਾ, ਰੱਬ ਨੂੰ ਛੱਡਿਆ ਤੇ ਬੰਦਾ ਰਸਵਾ ਹੀ ਹੁੰਦਾ। ਹਜ਼ਰਤ ਇਬਰਾਹੀਮ ਕਹਿੰਦੇ ਨੇ ਕਾਲ ਅਲ ਯਸਮਾਉਨਕੁਮ ਇਜ਼ ਤਦਊਨ, ਓਏ ਮੈਨੂੰ ਦੱਸੋ ਕਦੀ ਇੰਜ ਹੋਇਆ ਹੋਵੇ ਤੁਸੀਂ ਬੁੱਤਾਂ ਨੂੰ ਆਵਾਜ਼ ਮਾਰੀ ਹੋਵੇ, ਬੁੱਤਾਂ ਨੂੰ ਪੁਕਾਰਿਆ ਹੋਵੇ, ਇਹਨਾਂ ਤੁਹਾਨੂੰ ਜਵਾਬ ਦਿੱਤਾ ਹੋਵੇ? ਨਹੀਂ ਨਹੀਂ ਇਬਰਾਹੀਮ, ਐਵੇਂ ਤਾਂ ਕਦੀ ਨਹੀਂ ਹੋਇਆ। ਹਜ਼ਰਤ ਇਬਰਾਹੀਮ ਕਹਿੰਦੇ ਨੇ ਫਿਰ ਤੈਨੂੰ ਦੱਸੋ ਓ ਯਨਫਾਉਨਕੁਮ ਓ ਯਜ਼ੁਰੂਨ, ਕਦੀ ਤੁਹਾਡਾ ਭਲਾ ਕੀਤਾ ਹੋਵੇ, ਕਦੀ ਤੁਹਾਡਾ ਨੁਕਸਾਨ ਕੀਤਾ ਹੋਵੇ? ਕਹਿੰਦੇ ਨੇ ਨਹੀਂ 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 ਇਬਰਾਹੀਮ, ਅਸੀਂ ਇਹਨਾਂ ਨੂੰ ਧੁੱਪਿਓ ਛਾਵੇਂ ਕਰਨੇ ਹਾਂ, ਅਸੀਂ ਇਹਨਾਂ ਨੂੰ ਚਾਵੇਂ ਹੁਣ ਧੁੱਪੇ ਕਰਨੇ ਹਾਂ, ਮੀਂਹ ਕਣੀ ਆ ਜਾ ਇਹਨਾਂ ਨੂੰ ਅਗਾਂਹ ਪਿਛਾਂ ਕਰਨੇ ਹਾਂ। ਅੱਲਾਹ ਕੋ ਅਕਬਰ ਅੱਲਾਮ, ਇਬਰਾਹੀਮ ਅਲੀ ਸਲਾਮ ਕਹਿਣ ਲੱਗੇ ਫਿਰ ਤੁਹਾਡੀ ਮੱਤ ਮਾਰੀ ਗਈ ਹੈ ਤੁਹਾਡੇ ਤੇ, ਉਫੇ ਮੈਂ ਤੁਹਾਡੇ ਤੇ ਹੈਰਾਨ ਹਾਂ, ਜਿੰਨਾ ਜਿਹੜੇ ਨਫਾ ਨੁਕਸਾਨ ਨਹੀਂ ਕਰ ਸਕਦੇ, ਜਿਹੜਾ ਆਪਣੇ ਜਨਾਬ ਆਪਣੇ ਆਪ ਨੂੰ ਧੁੱਪ ਕੋਲੋਂ ਨਹੀਂ ਬਚਾ ਸਕਦੇ, ਆਪਣੇ ਆਪ ਨੂੰ ਛਾਵੇਂ ਨਹੀਂ ਕਰ ਸਕਦੇ, ਉਹ ਤੁਹਾਡੀਆਂ ਮੁਸ਼ਕਲ ਕੁਸ਼ਾਈਆਂ ਕਿਵੇਂ ਕਰ ਸਕਦੇ ਨੇ, ਤੁਹਾਡੀਆਂ ਅੱਜ ਤਰਵਾਈਆਂ ਕਿਵੇਂ ਕਰ ਸਕਦੇ ਨੇ? ਕਹਿੰਦੇ ਕੀ ਨੇ? ਉਹ ਜਿਹੜੇ ਖੁਦ ਨਾ ਦੀਵਾ ਬਾਲ ਸਕਣ, ਉਹ ਜਿਹੜੇ ਖੁਦ ਨਾ ਦੀਵਾ ਬਾਲ ਸਕਣ, ਕਰ ਕਾਂ ਦੀ ਦੂਰ ਪਿਹਾਲ ਸਕਣ, ਤੇਰੀ ਸ਼ਕਤੀ ਕਿਉਂ ਕਰ ਟਾਲ ਸਕਣ, ਪਰ ਲਾਖ ਲਾਖ ਇਲਾਮ ਓਏ ਭੁੱਖ ਲੈਂਦੀ ਨਹੀਂ ਕੇ ਖਾਣੇ ਤੀਮ, ਉਹ ਰਸ ਕਦੀ ਨਾ ਨਿਕਲੇ ਕੰਨ ਤੀਮ, ਓਏ ਨਫਾ ਕੁਝ ਨਹੀਂ ਇਸ਼ਕ ਜਨਾਨੇ ਤੀਮ, ਪਰ ਲਾਖ ਲਾਖ ਇਲਾਮ ਓਏ ਬੁਝੇ ਪਿਆਸਨਮ ਸ਼ਬਨਮ ਟੋਇਆ ਤੀਮ, ਹੀਰੇ ਨਾਲ ਨਹੀਂ ਲੱਭਦੇ ਟੋਇਆ ਤੀਮ, ਓਏ ਮੀਆਂ ਪੁੱਤ ਨਹੀਂ ਲੱਭਦੇ ਮੋਇਆ ਤੀਮ, ਪਰ ਲਾਖ ਲਾਖ ਇਲਾ। ਫਿਰ ਕਹਿੰਦੇ ਨੇ ਵਸੀਲਾ ਕਿੰਦਾ ਕਿੰਦਾ ਵਸੀਲਾ ਹੋਣਾ ਚਾਹੀਦਾ, ਔਰ ਸੋਨਾ ਤੂਰ ਜਿਹਾ ਕੋਈ ਟੀਲਾ ਨਹੀਂ, ਸੋਨਾ ਚੰਨ ਜਿਹਾ ਰੰਗ ਰੰਗੀਲਾ ਨਹੀਂ, ਔਰ ਮੀਆਂ ਰੱਬ ਜਿਹਾ ਹੋਰ ਵਸੀਲਾ ਨਹੀਂ, ਪੜ ਲਾਖ ਲਾਖ ਇਲਾ। ਦੁਆ ਕਰੋ ਅੱਲਾ ਸਾਨੂੰ ਤੌਹੀਦ ਦੀ ਸਮਝ ਅਤਾ ਫਰਮਾ। ਸਾਰੀ ਕੌਮ ਨੇ ਜਦੋਂ ਲਾਜਵਾਬ ਹੋ ਗਏ ਨਾ, ਕਹਿਣ ਲੱਗੇ ਇਬਰਾਹੀਮ ਹੁਣ ਤੈਨੂੰ ਸਾਡੇ ਰੱਬਾਂ ਦੀ ਮਾਰ ਵੱਜਣੀ। ਕੀ ਵੱਜਣੀ? ਆਈਓ ਐਂਡ 'ਤੇ ਆ ਕੇ ਗੱਲ ਆ ਜਾਂਦੀ ਹੈ ਨਾ,
ਕੋਈ ਅੱਜ ਵੀ ਇਹੋ ਗੱਲ ਲੱਗੇ ਨਹੀਂ, ਕਹਿੰਦੇ ਨੇ ਹੁਣ ਮਾੜ ਵਜਣੀ, ਤਿਆਰ ਹੋ ਜਾ, ਹੁਣ ਤੇਰੀ ਲੱਤ ਬਣ ਟੁੱਟਣੀ। ਤੂੰ ਜਿਵੇਂ ਆਉਂਦੇ ਨੇ ਨਾ, ਇਹਨੇ ਲੱਤ ਤੋੜ ਦੇਣੀ, ਉਹਨੇ ਫਲਾਂ ਕਰਦੇ ਨੇ। حضرت ابراہیم بولے نا وكيف اخاف ما شركتم ولا تخافون اوے مینوں ڈراندے جے اینا بوتاں کوئی ڈراندے جے میں نہ کول کیوں ڈراں جب کہ تسی سچے رب دے کولوں نہیں ڈردے جے او رب تاں سچاں تسی اون کول ڈردے نہیں تے مینوں اینا کول ڈراندے ਕੌਮ ਵਾਲੇ ਲਾਜਵਾਬ ਹੋ ਗਏ। ਕਹਿੰਦੇ ਨੇ ਓਏ ਆਦਰ ਤੂੰ ਜਾਣ ਤੇ ਤੇਰਾ ਪੁੱਤਰ ਜਾਣੇ, ਅੱਲਾਹੁ ਅਕਬਰ ਅੱਲਾਹ। ਹਜ਼ਰਤ ਇਬਰਾਹੀਮ ਨੇ ਘਰ ਛੱਡ ਦਿੱਤਾ, ਆਪਣੇ ਚਾਚੇ ਕੋਲ ਚਲੇ ਗਏ। ਚਾਚੇ ਦਾ ਨਾਮ ਹੀ ਹਰਾਨ। ਚਾਚੇ ਨੇ ਹਜ਼ਰਤ ਇਬਰਾਹੀਮ ਨਾਲ ਬੜੀ ਮੁਹੱਬਤ ਕੀਤੀ, ਆਪਣੀ ਬੇਟੀ ਹਜ਼ਰਤ ਸਾਰਾ ਦਾਨੀ ਕੰਮ ਹਜ਼ਰਤ ਇਬਰਾਹੀਮ ਨਾਲ ਕਰ ਦਿੱਤਾ ਨਾ। ਅੱਲਾਹੁ ਅਕਬਰ ਅੱਲਾਹ। ਥੋੜ੍ਹਾ ਜਿਹਾ ਵਕਤ ਚਾਚੇ ਕੋਲ ਰਹਿਣਾ, ਮੁੜ ਕੇ ਆ ਗਏ ਸ਼ਹਿਰ ਦੇ ਅੰਦਰ ਆ ਗਏ। ਫਿਰ ਇੱਕ ਮੇਲਾ ਆ ਗਿਆ, ਮੇਲਾ ਵੇਖਣ ਵੀਰਾ ਪੈਗੰਬਰਾਂ ਦੀ ਸੁਨਤ ਨਹੀਂ, ਤੂੰ ਮੇਲਾ ਵੇਖਣ ਕਿੱਥੇ ਕਿੱਥੇ ਪਹੁੰਚ ਜਾਣਾ, ਦੀਨ ਸੁਣਨ ਵਾਸਤੇ ਤੇਰੇ ਕੋਲ ਟਾਈਮ ਨਹੀਂ, ਮੇਲਾ ਵੇਖਣ ਵਾਸਤੇ ਤੇਰੇ ਕੋਲ ਟਾਈਮ ਹੈ, ਤੂੰ ਰੱਬ ਦੇ ਦੀਨ ਨੂੰ ਪਿਛਾ ਰੱਖਿਆ, ਦੁਨੀਆਦਾਰੀ ਨੂੰ ਅਗਾਂਹ ਰੱਖਿਆ, ਰੱਬ ਨੂੰ ਸਭ ਤੋਂ ਪਿੱਛੇ, ਦੁਨੀਆਦਾਰੀ ਨੂੰ ਸਭ ਤੋਂ ਅੱਗੇ। ਅੱਲਾਹੁ ਅਕਬਰ ਅੱਲਾਹ। ਇਹ ਕੌਮ ਦਾ ਮੇਲਾ ਆ ਗਿਆ, ਲੋਕ ਦੂਰੋਂ ਦੂਰੋਂ ਆ ਰਹੇ ਨੇ, ਨਜ਼ਰਾਨੇ ਲੈ ਕੇ ਆ ਰਹੇ ਨੇ, ਇਹ ਜਨਾਬ ਬੁੱਤਾਂ ਵਾਸਤੇ ਚੜਾਵੇ ਚੜਾਉਣ ਵਾਸਤੇ ਨਜ਼ਰਾਨੇ ਲੈ ਕੇ ਆ ਰਹੇ ਨੇ, ਕਿਤੇ ਖਾਣ ਪੀਣ ਦਾ ਨਿਜ਼ਾਮ ਹੈ, ਕਿਤੇ ਜਨਾਬ ਨੱਚਣ ਗਾਵਣ ਦਾ ਨਿਜ਼ਾਮ ਹੈ, ਕਿਤੇ ਮੁਸੀਕੀ ਦੀਆਂ ਮਹਿਫਲਾਂ ਨੇ, ਕਿਤੇ ਕੀਏ ਕਿਤੇ ਕੀਏ। ਅੱਲਾਹੁ ਅਕਬਰ ਅੱਲਾਹ। ਬੜੇ ਦਿਨ ਮੇਲਾ ਜਾਰੀ ਰਹਿੰਦਾ ਨਾ, ਸਲਾਨਾ ਮੇਲਾ, ਲੋਕ ਆ ਰਹੇ ਨੇ। ਹਜ਼ਰਤ ਇਬਰਾਹੀਮ ਇਹਦੇ ਪੈਣੇ, ਉਹ ਜਿੱਥੇ 300 ਜਿੱਥੇ ਜਨਾਬ ਬਾਬਾ ਸਾਰੇ ਬੁੱਤ ਪਏ ਸਨ, ਉਹ ਮਾਬਤ ਖਾਣਾ, ਜਿੱਥੇ ਵੱਡੇ ਵੱਡਾ ਬੁੱਤ ਵੀ ਮੌਜੂਦ ਹੈ, ਇੱਧਰ ਵੀ ਕਿਤਾਰ ਚੋਂ ਬੁੱਤ ਨੇ, ਇੱਧਰ ਵੀ ਕਿਤਾਰ ਚੋਂ ਬੁੱਤ ਨੇ, ਲੋਕ ਆ ਰਹੇ ਨੇ। ਇਹਨਾਂ ਦੇ ਸਾਹਮਣੇ ਮਠਿਆਈਆਂ ਰੱਖ ਰਹੇ ਨੇ, ਸ਼ਰੀਨੀਆਂ ਰੱਖ ਰਹੇ ਨੇ, ਇਹਨਾਂ ਦੇ ਸਾਹਮਣੇ ਹਲਵੇ ਰੱਖ ਰਹੇ ਨੇ, ਇਹਨਾਂ ਦੇ ਸਾਹਮਣੇ ਖੀਰਾਂ ਰੱਖ ਰਹੇ ਨੇ, ਗੋਸ਼ਤ ਪੋਸ਼ਤ ਰੱਖ ਰਹੇ ਨੇ, ਬੱਕਰੇ ਪੁਣ ਪੁਣ ਕੇ ਰੱਖਦੇ ਪਏ ਨੇ। ਅੱਲਾਹੁ ਅਕਬਰ ਅੱਲਾਹ। ਉਹ ਵੀ ਵੇਲੇ ਆ ਗਏ ਮੇਲੇ ਦਾ ਆਖਰੀ ਦਿਨ, ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਚੱਲਦਿਆਂ ਚੱਲਦਿਆਂ ਘਰੋਂ ਨਿਕਲੇ ਨਾ, ਇਸ ਮੇਲੇ ਵਾਲੀ ਜਗ੍ਹਾ ਤੇ ਆ ਗਏ, ਇਸ ਜਨਾਬ ਬੁੱਤ ਖਾਣੇ ਦੇ ਕੋਲ ਆ ਗਏ। ਇਬਰਾਹੀਮ ਖੜੇ ਨੇ, ਯਾਰ ਬੇਲੀ ਆ ਗਏ। ਕਹਿੰਦੇ ਨੇ ਇਬਰਾਹੀਮ ਆ ਟੁਰ ਚਲੀਏ, ਮੇਲਾ ਵੇਖ ਆਈਏ ਨਾ। ਇਬਰਾਹੀਮ ਆ ਟੁਰ ਚਲੀਏ, ਮੇਲਾ ਵੇਖ ਆਈਏ ਨਾ। ਇਬਰਾਹੀਮ ਬੜੇ ਸਿਆਣੇ ਸਨ, ਕਹਿੰਦੇ ਨੇ ਜੇ ਮੈਂ ਇਨਕਾਰ ਕੀਤਾ ਤੇ ਮੈਨੂੰ ਚੁੱਕ ਕੇ ਲੈ ਜਾਣਗੇ, ਇਨਕਾਰ ਕੀਤਾ ਤੇ ਮੈਨੂੰ, ਇੰਨੇ ਸਾਰੇ ਨੇ ਹੈਗੇ ਵੀ ਮੇਰੇ ਬੇਲੀ ਨੇ, ਅਸੀਂ ਬਚਪਨ ਇਕੱਠਾ ਗੁਜ਼ਾਰਿਆ, ਜੇ ਇਨਕਾਰ ਕੀਤਾ ਤੇ ਚੁੱਕ ਕੇ ਲੈ ਗਏ, ਤੇ ਮੈਂ ਤਾਂ ਫਿਰ ਸ਼ਾਮਿਲ ਹੋ ਗਿਆ ਨਾ, ਤੇ ਪੈਗੰਬਰ ਮੇਲਾ ਵੇਖਦਾ ਤੇ ਅਸੀਂ ਮੇਲਾ ਛੱਡਦੇ, ਕੋਈ ਗੱਲ ਬਰਾਬਰ ਹੈ ਨਾ? ਉਹ ਵੇਂਹਦੇ ਨਹੀਂ, ਅਸੀਂ ਛੱਡਦੇ ਨਹੀਂ। ਦੁਆ ਕਰੋ ਅੱਲਾਹ ਪਾਕ ਸਾਨੂੰ ਮਹਿਫੂਜ਼ ਫਰਮਾਏ। ਇੰਝ ਕਰਕੇ ਕਹਿਣ ਲੱਗੇ ਯਾ ਅੱਲਾ ਹੁਣ ਕੀ ਕਰਾਂ। ਅੱਲਾ ਕਹਿੰਦਾ ਅਸਮਾਨਾਂ ਨੂੰ ਅਗਾਂਹ ਚੁੱਕਣ ਚੁੱਕੀ, ਆ ਕੁਰਾਨ ਕਹਿੰਦਾ ਫਨਾਦਰਾ ਨਜ਼ਰਤਨ ਫਿਨ ਨਜੂਮ, ਅਸਮਾਨ ਵਾਲੇ ਵੇਖਿਆ ਫਕਾਲ ਇੰਨੀ ਸਕੀਮ, ਯਾਰ ਮੈਂ ਨਹੀਂ ਜਾ ਸਕਦਾ, ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੇਰੀ ਤਬੀਅਤ ਨਹੀਂ ਸਹੀ, ਮੈਂ ਨਹੀਂ ਜਾ ਸਕਦਾ। ਚਲੋ ਉਹਨੇ ਆਖਿਆ ਵਾਕਈ ਯਾਰ ਬਿਮਾਰ ਲੱਗਦਾ, ਚਲੋ ਛੱਡੋ ਪਰਾਂ,
ਚਲੇ ਗਏ ਤੇ ਜਦੋਂ ਇਹ ਜਾ ਰਹੇ ਛੱਡਣ ਤੇ ਪਿੱਛੋਂ ਇਬਰਾਹਿਮ ਅਲੈਹਿਸ ਸਲਾਮ ਨੇ ਆਪਦੇ ਦਿਲ ਚੋਂ ਗੱਲ ਕਰਨੀ ਸੀ ਤੇ ਬਾਅਦ ਕਦ ਬੰਦਾ ਗੱਲ ਦਿਲ ਚੋਂ ਕਰਦਾ ਲਫ਼ਜ਼ ਜ਼ਬਾਨ ਤੇ ਆ ਜਾਂਦੇ ਹੁਣ ਜਿਵੇਂ ਹੁੰਦਾ ਹੈ ਨਾ ਚਾਹੁੰਦੇ ਹੋਇਆ ਵੀ ਗੈਰ ਇਰਾਦੀ ਤੌਰ ਤੇ ਵੀ ਲਫ਼ਜ਼ ਜ਼ਬਾਨ ਤੇ ਆ ਗਏ ਕਹਿੰਦੇ ਤੱਲਾ ਗਿਲਾ ਕੀ ਦੰਨ ਸਨਾਮ ਕੁਮ ਬਾਦਾਂ ਤਵੱਲੂ ਮੁਦਬਰੀ ਕਹਿਣ ਲੱਗੇ ਨਾ ਆ ਜਿਹੜੇ ਤੁਹਾਡੇ ਰੱਬ ਨੇ ਜਾਓ ਜਾਓ ਸ਼ੌਕ ਨਾਲ ਮੇਲੇ ਤੇ ਜਾਓ ਅੱਜ ਮੈਂ ਤੁਹਾਡੇ ਰੱਬਾਂ ਦੇ ਨਾਲ ਨਿਭਣ ਲੈਣਾ ਅੱਜ ਮੈਂ ਤੁਹਾਡੇ ਰੱਬਾਂ ਨੂੰ ਵੇਖ ਲੈਣਾ ਅੱਲਾਹੁ ਅਕਬਰ ਅੱਲਾ ਇਹ ਗਾਉਂ ਵਾਲੇ ਚਲੇ ਗਏ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਘਰ ਚਲੇ ਗਏ ਵੇਖਿਆ ਜਦੋਂ ਬਸਤੀ ਵੇਲੀ ਹੋ ਗਈ ਸਾਰਾ ਸ਼ਹਿਰ ਚਲਾ ਗਿਆ ਨਾ ਅੱਲਾਹੁ ਅਕਬਰ ਅੱਲਾ ਕੁਰਾਨ ਕਹਿੰਦਾ ਫੜਾ ਗਈਲਾ ਆਲੇ ਗੰਤੇ ਹਿਮ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਐਨ ਕਰਕੇ ਘਰੋਂ ਕੁਹਾੜਾ ਲਿਆ ਕੁਹਾੜਾ ਵੀ ਉਹ ਲਿਆ ਨਾ ਜਿਹਦੇ ਨਾਲ ਬਾਪ ਬੁੱਤ ਬਣਾਉਂਦਾ ਇਬਰਾਹੀਮ ਅਲੈਹਿਸ ਸਲਾਮ ਨੇ ਕੁਹਾੜਾ ਫੜਿਆ ਅੱਗੇ ਉਹ ਸ਼ਰਮਕਦਾ ਦਾ ਦਰਵਾਜ਼ਾ ਖੋਲਿਆ ਨਾ ਖੁਸ਼ਬੂਆਂ ਆ ਰਹੀਆਂ ਨੇ ਬੱਕਰੇ ਭੁਣ ਭੁਣ ਕੇ ਰੱਖੇ ਪਏ ਨੇ ਸ਼ਰੀਨੀਆਂ ਰੱਖੀਆਂ ਪਈਆਂ ਨੇ ਖਾਣ ਪੀਣ ਦਾ ਨਿਜ਼ਾਮ ਪਿਆ ਹੋਇਆ ਅੱਲਾਹੁ ਅਕਬਰ ਅੱਲਾ ਤੇ ਇਬਰਾਹੀਮ ਅਲੈਹਿਸ ਸਲਾਮ ਬੋਲੇ ਨਾ ਕੌਲ ਅਲਾ ਤਾ ਗੁਣੂਨ ਖਾਂਦੇ ਕਿਉਂ ਨੀ ਜਿਮ ਇੰਨਾ ਸਮਾਨ ਪਿਆ ਹੋਇਆ ਖਾਂਦੇ ਕਿਉਂ ਨੀ ਜਿਮ ਆ ਬੱਕਰੇ ਪੈ ਹੋਏ ਨੇ ਖਾ ਲਵੋ ਨਾ ਆ ਸ਼ਰੀਨੀਆਂ ਪਈਆਂ ਹੋਈਆਂ ਨੇ ਖਾ ਲਵੋ ਨਾ ਹਜ਼ਰਤ ਇਬਰਾਹੀਮ ਜਿਵੇਂ ਬੰਦਾ ਮਜ਼ਾਕ ਨਾਲ ਗੱਲ ਕਰਦਾ ਇਵੇਂ ਮਜ਼ਾਕ ਕਰਦੇ ਪਏ ਨੇ ਅਲਾ ਤਾ ਕੁਲੂਨ ਅਲਾ ਤਾ ਕੁਲੂਨ ਓਏ ਖਾਂਦੇ ਕਿਉਂ ਨੀ ਜਿਮ ਖਾਓ ਤਾਂ ਸਹੀ ਖਾਓ ਤਾਂ ਸਹੀ ਅੱਲਾਹੁ ਅਕਬਰ ਅੱਲਾ ਪਰ ਇਹ ਬੁੱਤ ਕਿੱਥੋਂ ਜੋ ਆਪ ਦੇ ਸਕਦੇ ਸਨ ਇਹ ਬੁੱਤ ਕਿੱਥੋਂ ਬੋਲ ਸਕਦੇ ਸਨ ਅੱਲਾਹੁ ਅਕਬਰ ਅੱਲਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਹਜ਼ਰਤ ਇਬਰਾਹੀਮ ਪੈਗੰਬਰ ਇਹਨਾਂ ਨੂੰ ਕਹਿੰਦੇ ਨੇ ਓਏ ਖਾ ਲਵੋ ਨਾ ਇਹ ਤੁਹਾਨੂੰ ਇਹ ਪਸੰਦ ਨਹੀਂ ਸਾਨੂੰ ਦੱਸੋ ਅਸੀਂ ਹੋਰ ਬਣਾ ਦਿੰਦੇ ਹਾਂ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਇਹਨਾਂ ਬੁੱਤਾਂ ਨੇ ਜਵਾਬ ਕੌਣ ਦਿੱਤਾ ਕਹਿੰਦੇ ਨੇ ਮਾਲਕੁਮ ਲਾ ਤੰਤਿਕੂਨ ਓਏ ਬੋਲਦੇ ਕਿਉਂ ਨਹੀਂ ਜੇ ਓਏ ਬੋਲਦੇ ਕਿਉਂ ਨਹੀਂ ਜੇ ਅੱਲਾਹੁ ਅਕਬਰ ਅੱਲਾ ਹੁਣ ਬੁੱਧ ਕਿੱਥੋਂ ਬੋਲਦੇ ਨੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਗੁੱਸੇ ਆ ਗਏ ਨਾ ਐਵੇਂ ਮੇਰੀ ਕੌਮ ਨੂੰ ਇਹਨਾਂ ਜਿਹੜਾ ਬੁੱਧੂ ਬਣਾਇਆ ਹੋਇਆ ਏ ਅੱਲਾਹੁ ਅਕਬਰ ਅੱਲਾ ਹਜ਼ਰਤ ਇਬਰਾਹੀਮ ਪੈਗੰਬਰ ਉੱਥੇ ਜਲਾਲ ਦੇ ਵਿੱਚ ਆ ਗਏ ਨਾ ਅੱਲਾਹ ਦਾ ਕੁਰਾਨ ਕਹਿੰਦਾ ਅੱਲਾਹ ਪਾਕ ਫਰਮਾਉਂਦੇ ਨੇ ਪਰ ਆਗਾਮ ਅਲੈਹਿਮ ਜ਼ਰਬਨ ਬਿਲ ਯਮੀਨ ਅਤਨ ਕਰਕੇ ਕਲਵਾੜਾ ਹੱਥ ਚੋਂ ਫੜ ਲਿਆ ਸੱਜੇ ਹੱਥ ਚੋਂ ਕਲਵਾੜਾ ਫੜ ਲਿਆ ਬੁੱਤਾਂ ਨੂੰ ਮਛਾਣ ਲੱਗ ਪਏ ਲੈਣ ਸਿਰ ਸਾਰੇ ਬੁੱਤਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਨਾ ਅੱਲਾਹੁ ਅਕਬਰ ਅੱਲਾ ਅੱਲਾਹ ਦਾ ਕੁਰਾਨ ਕਹਿੰਦਾ ਵੱਡੇ ਬੁੱਤ ਨੂੰ ਕੁਝ ਨਾ ਗਿਆ ਨਾ ਉਹਦਾ ਕੰਨ ਕੱਟ ਦਿੱਤਾ ਜਾਂ ਨੱਕ ਕੱਟ ਦਿੱਤਾ ਥੋੜਾ ਜਿਹਾ ਨੁਕਸਾਨ ਕਰ ਦਿੱਤਾ ਨਾ ਅੱਲਾਹੁ ਅਕਬਰ ਅੱਲਾ ਤੇ ਕੌਮ ਮੇਲੇ ਤੋਂ ਵਾਪਸ ਆਈ ਨਾ ਕੁਰਾਨ ਕਹਿੰਦਾ ਵਜਾ ਅਲਾ ਹੁਮ ਜੁਜ਼ਾ ਜਾ ਇਲਾ ਕਬੀਰ ਅੱਲਾ ਗੁਮ ਲਾਲਾ ਗੁਮ ਇਲੈਹਿ ਯਰਜਿਉਂ
ਸਾਰੇ ਬੁੱਤ ਵਿਛਾ ਦਿੱਤੇ ਨਾ, ਵੱਡੇ ਨੂੰ ਛੱਡ ਦਿੱਤਾ ਨਾ। ਅੱਲਾਹ ਅਕਬਰ ਅੱਲਾਹ। ਇਹ ਕੌਮ ਵਾਲੇ ਪਲਟ ਕੇ ਆਏ ਨਾ, ਆਗੇ ਦਰਵਾਜ਼ਾ ਖੋਲਿਆ। ਕਾਲੂ ਮਨ ਹਾਲਾ ਕਾਜ਼ਾ ਬਿਹਾਰੀ ਖਾਤੀ ਨਾ ਇਨਹੁ ਲਮਿਨਤ ਜ਼ਾਲਿਮੀ। ਕਹਿਣ ਲੱਗੇ ਹਾਏ ਮਾਰੇ ਗਏ, ਹਾਏ ਲੁੱਟੇ ਗਏ, ਸਾਡੇ ਰੱਬਾਂ ਦੇ ਨਾਲ ਕਿੰਨੇ ਸਲੂਕ ਕੀਤਾ ਏ, ਸਾਡੇ ਰੱਬਾਂ ਦੇ ਨਾਲ ਕਿੰਨੇ ਸਲੂਕ ਕੀਤਾ ਹੈ। ਤੇ ਕੁਰਾਨ ਕਹਿੰਦਾ ਕਾਲੂ ਮਨ ਫਅਲ ਹਾਜ਼ਾ ਬੀ ਆਲੀ ਹਸਨਾ। ਓਏ ਕਿਹੜਾ ਜ਼ਾਲਮ ਸੀ ਜਿਹੜਾ ਸਾਡੇ ਰੱਬਾਂ ਦਾ ਇਹ ਹਾਲ ਕਰ ਗਿਆ। ਅੱਗੇ ਕਹਿੰਦੇ ਇੰਨਾ ਹੂਲਾ ਮਿਨ ਜ਼ਾਲਿਮੀਨ। ਉਹ ਤਾਂ ਬੜਾ ਹੀ ਜ਼ਾਲਮ ਬੰਦਾ ਸੀ, ਇੱਕ ਵੀ ਨਹੀਂ ਛੱਡਿਆ, ਤੇ ਅਗਾਂ ਹੋ ਕੇ ਵੇਖਿਆ ਨਾ ਤੇ ਵੱਡਾ ਬੁੱਤ ਸਹੀ। ਅੱਲਾਹੁ ਅਕਬਰ ਅੱਲਾਹ। ਤੇ ਸਾਰੀ ਕੌਮ ਜਮਾ ਹੋ ਗਈ, ਨਮਰੂਦ ਆ ਗਿਆ, ਕਮੇਟੀ ਬਣ ਗਈ, ਬੰਦਾ ਲੱਭੋ ਅੱਲਾਹ। ਤੇ ਜਿਹੜੇ ਬੰਦੇ ਨੇ ਨਾ ਹਜ਼ਰਤ ਇਬਰਾਹੀਮ ਨੇ ਜਾਂਦਿਆਂ ਜਾਂਦਿਆਂ ਜਿਨ੍ਹਾਂ ਦੇ ਜਾਂਦਿਆਂ ਜਾਂਦਿਆਂ ਕਿਹਾ ਸੀ ਨਾ ਅੱਜ ਤੁਹਾਡੇ ਰੱਬਾਂ ਦੀ ਖੈਰ ਨਹੀਂ, ਉਹਨੇ ਇੰਨੀ ਕੁ ਗੱਲ ਸੁਣੀ ਸੀ ਤੇ ਉਹਨੇ ਵੇਖਿਆ ਕਿਤੇ ਵੈਸੀ ਗੱਲ ਜਿਵੇਂ ਆਮ ਕਰਦਾ ਰਹਿੰਦਾ ਉਵੇਂ ਕਰ ਦਿੱਤੀ ਸੂ। ਤੇ ਉਹ ਖੜਾ ਹੋ ਗਿਆ, ਕਹਿੰਦਾ ਨਮਰੂ ਸੁਣ ਲੈਣਾ ਕਿ ਸੁਣਨਾ। ਕਾਲੂ ਸਮੇ ਨਾ ਫਤਹੀਆ ਜੁ ਗੁਰੂ ਗੁਮ ਯੋ ਕਾਲੂ ਲਗੂ ਇਬਰਾਹੀਮ। ਮੈਂ ਇੱਕ ਜਵਾਨ ਨੂੰ ਸੁਣਿਆ ਜਿਹੜਾ ਕਹਿ ਰਿਹਾ ਸੀ ਅੱਜ ਤੁਹਾਡੇ ਰੱਬਾਂ ਦੀ ਖੈਰ ਨਹੀਂ। ਉਹ ਬੰਦਾ ਕੌਣ ਏ? ਉਹ ਇਬਰਾਹੀਮ ਆਦਰ ਦਾ ਪੁੱਤਰ ਏ। ਲਿਆਓ ਲਿਆਓ ਫੜ ਕੇ ਉਹਨੂੰ ਲਿਆਓ ਨਾ। ਹਜ਼ਰਤ ਇਬਰਾਹੀਮ ਅਲੈ ਸਲਾਮ ਨੂੰ ਲਿਆਂਦਾ ਗਿਆ, ਇਬਰਾਹੀਮ ਪੈਗੰਬਰ ਨੂੰ ਸਭ ਦੇ ਸਾਹਮਣੇ ਖੜਾ ਕਰ ਦਿੱਤਾ ਗਿਆ ਨਾ। ਦਰਬਾਰ ਲੱਗ ਗਿਆ ਨਾ, ਸਾਹਮਣੇ ਆਵਾਮ ਵਿੱਚ ਘਰ ਨਮਰੂਦ ਦੀ ਕੁਰਸੀ ਪਈ ਹੋਈ ਏ, ਉੱਚੇ ਟੀਲੇ ਤੇ ਕੁਰਸੀ ਪਈ ਹੋਈ ਏ, ਐਦਰ ਗਟਾਰਾ ਬਣਿਆ ਹੋਇਆ। ਹਜ਼ਰਤ ਇਬਰਾਹੀਮ ਅਲੈ ਸਲਾਮ ਖੜੇ ਨੇ ਤੇ ਹਜ਼ਰਤ ਇਬਰਾਹੀਮ ਅਲੈ ਸਲਾਮ ਨੂੰ ਕਹਿਣ ਲੱਗੇ ਨਾ ਕਾਲੂ ਅੰਤਮ ਵਾਲਤਾ ਹਾਦਾ ਬੀ ਆਲੀ ਖਾਤੀਨਾਮ ਯਾਈ ਬੁਰਾਗੀ। ਓਏ ਬੁਰਾਗੀਮ ਸੱਚੀ ਸੱਚੀ ਗੱਲ ਕਰੀਮ, ਅੱਜ ਸਾਡੇ ਰੱਬਾਂ ਦੇ ਨਾਲ ਤੂੰ ਕੰਮ ਕੀਤਾ ਏ, ਸਾਡੇ ਰੱਬਾਂ ਨੂੰ ਤੂੰ ਮਾਰਿਆ। ਤੇ ਇਬਰਾਹੀਮ ਅਲੈ ਸਲਾਮ ਸਿਆਣੇ ਬੜੇ ਸੀ, ਮੌਕਾ ਨਹੀਂ ਛੱਡਿਆ ਆਵਾਮ ਨੂੰ ਸਮਝਾਉਂਦਾ ਨਾ, ਕੋਈ ਵੇਲਾ ਨਹੀਂ ਛੱਡਿਆ। ਕਹਿਣ ਲੱਗੇ ਮੈਨੂੰ ਜੋ ਕਹਿੰਦੇ ਜੇ ਵੇਖੋ ਤਾਂ ਸਹੀ, ਇਹਨਾਂ ਬੁੱਤਾਂ ਵਾਲੇ ਵੇਖੋ, ਜੇ ਜੂ ਮੈਂ ਤੋੜਨੇ ਹੁੰਦੇ ਤੇ ਮੈਂ ਵੱਡੇ ਨੂੰ ਛੱਡਣਾ ਹੀ ਸੀ, ਜੇ ਮੈਂ ਜੂ ਬਣਨੇ ਹੁੰਦੇ ਤੇ ਸਾਰੇ ਹੀ ਬਣਦਾ ਨਾ, ਮੈਂ ਜੂ ਤੋੜਨੇ ਹੁੰਦੇ ਸਾਰੇ ਹੀ ਤੋੜਦਾ ਨਾ। ਕਾਲਾ ਬਲ ਫਾਲਾ ਗੁਮ ਕਬੀਰੂ ਗੁਮ ਆਦਾ ਫਸਾਲੂ ਗੁਮ ਇਮਕਾਨੂ ਯੰਤ ਕੂਨ। ਕਹਿੰਦੇ ਨੇ ਓਏ ਮੇਰੇ ਕੋਲ ਜੂ ਪੁੱਛਦੇ ਜੇ ਅੱਜ ਇਹਨਾਂ ਨੂੰ ਪਈਆਂ ਨੇ ਇਹਨਾਂ ਕੋਲ ਪੁੱਛ ਲਓ, ਅੱਜ ਇਹਨਾਂ ਦੇ ਟੁਕੜੇ ਟੁਕੜੇ ਹੋਏ ਪਏ ਨੇ ਇਹਨਾਂ ਕੋਲ ਪੁੱਛ ਲਓ। ਕਹਿੰਦੇ ਨੇ ਸਮਝਾ ਗੱਲ ਕੀ ਏ? ਕਹਿੰਦੇ ਨੇ ਮੈਨੂੰ ਤਾਂ ਲੱਗਦਾ ਏ ਇਹ ਖਾਣ ਪਰੋਂ ਲੜ ਪਏ ਨੇ। ਵੱਡੇ ਨੇ ਆਖਿਆ ਮੈਂ ਵੱਡਾ ਵਾਂ, ਮੇਰਾ ਹਿੱਸਾ ਜ਼ਿਆਦਾ ਬਣਦਾ। ਝੋਟੇ ਆਖਿਆ ਤੂੰ ਵੀ ਰੱਬ ਏ, ਅਸੀਂ ਵੀ ਰੱਬ ਆ, ਇਹ ਖਾਣ ਪਰੋਂ ਲੜ ਪਏ ਨੇ। ਵੱਡੇ ਨੂੰ ਗੁੱਸਾ ਆ ਗਿਆ ਨਾ, ਉਹਨੇ ਇਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਨਾ। ਕਹਿੰਦੇ ਨੇ ਜੇ ਮੇਰੇ ਤੇ ਯਕੀਨ ਕੋਈ ਨਹੀਂ, ਆ ਕੁਆੜਾ ਵੇਖ ਲਓ ਹੋਏ ਵੀ ਵੱਡੇ ਦੇ ਕੰਧੇ ਦੇ ਉੱਤੇ ਪਿਆ ਹੋਇਆ ਏ। ਮੇਰੇ ਤੇ ਯਕੀਨ ਹੀ ਵੇਖੋ ਤਾਂ ਸਹੀ, ਜੇ ਯਕੀਨ ਨਹੀਂ ਤੇ ਜਿਨ੍ਹਾਂ ਨੂੰ ਪਈਆਂ ਨੇ ਪੁੱਛ ਕੇ ਵੇਖ ਲਓ। ਹੁਣ ਸਾਰੇ ਇੱਕ ਦੂਜੇ ਦੇ ਮੂੰਹ ਵਾਲੇ ਵੇਖਣ ਲੱਗ,
ਕਹਿੰਦੇ ਜੇ ਅਸੀਂ ਪੁੱਛਿਆ ਤੇ ਬੁੱਤਾਂ ਨੇ ਜਵਾਬ ਦੇਣਾ। ਕੋਈ ਦਿੰਦਾ ਕੋਈ ਜਵਾਬ? ਕੋਈ ਬੁੱਤ ਜਵਾਬ ਦਿੰਦਾ ਹੈ? ਚਾਹੇ ਉੱਤੇ ਪਿਆ ਹੋਵੇ ਚਾਹੇ ਥੱਲੇ ਪਿਆ ਹੋਵੇ ਜਵਾਬ ਦਿੰਦਾ? ਅੱਜ ਤੱਕ ਕਿਸੇ ਨੂੰ ਜਵਾਬ ਟੱਕਰਿਆ ਹੋਵੇ? ਨਹੀਂ ਟੱਕਰਿਆ। ਦੁਆ ਕਰੋ ਅੱਲਾ ਤੋਈ ਦੀ ਸਮਝਤਾ ਫਰਮਾ। ਅਰੇ ਤੋਹੀਦ ਬੜੀ ਸ਼ਾਇ ਜੇ ਲੱਭ ਗਈ ਤੇ ਜਨਤਾ ਲੱਭ ਜਾਣਗੀ। ਜੇ ਤੋਹੀਦ ਨਹੀਂ ਨਾ ਅੱਲਾ ਦੀ ਕਸਮੇ ਸਾਰੀ ਜ਼ਿੰਦਗੀ ਅਮਾਲ ਕਰ ਲੈ, ਅੱਲਾ ਨੇ ਕਬੂਲ ਹੀ ਕੋਈ ਨਹੀਂ ਕਰਨੀ। ਅੱਲਾ ਤੋਹੀਦ ਦੀ ਦੌਲਤ ਨਾਲ ਮਾਲਾ ਮਾਲ ਫਰਮਾ। ਕਹਿਣ ਲੱਗੇ ਕੁਰਾਨ ਕਹਿੰਦਾ ਇਹ ਆਪਸ ਸੋਚਣ ਲੱਗ ਪੈ, ਕਹਿੰਦੇ ਗੁਮਨ ਤੁਮ ਜ਼ਾਲਿਮੂਨ। ਹੁਣ ਇਬਰਾਹਿਮ ਨੂੰ ਕੀ ਜਵਾਬ ਦੇਈਏ? ਇਬਰਾਹਿਮ ਨੂੰ ਕੀ ਜਵਾਬ ਦੇਈਏ ਨਾ? ਕਹਿੰਦੇ ਨੇ ਲਾਕਾ ਤਾਲਿਮ ਤਮਾਉਲਾਈ ਅੰਤ ਕੂਨ। ਓ ਇਬਰਾਹਿਮ ਤੈਨੂੰ ਪਤਾ ਸਾਡੇ ਰੱਬ ਬੋਲਦੇ ਬੋਲਦੇ? ਕਹਿੰਦੇ ਨੇ ਤੈਨੂੰ ਪਤਾ ਨਹੀਂ ਬੋਲਦੇ। ਅਤੇ ਇਬਰਾਹਿਮ ਬੜਾ ਸਿਆਣਾ ਕਹਿੰਦਾ ਫਿਰ ਉਹਨਾਂ ਨੂੰ ਰੱਬ ਬਣਾਇਆ ਜਿਹੜੇ ਬੋਲਦੇ ਕੋਈ, ਉਹਨਾਂ ਨੂੰ ਰੱਬ ਬਣਾਇਆ ਜੇ ਕਾਲਾਮ ਅਫਤਾਬੂਦੂਨ ਮਿੰਦੂਨ ਇਲਾਹ ਮਾਲਾ ਯਨਫਉਕੁਮ ਸ਼ਈਅਂ ਵਲਾ ਯਜ਼ੁਰੁਕੁਮ ਉਫਿਲਕੁਮ ਵਲਿਮਾ ਤਾਬੂਦੂਨ ਮਿੰਦੂਨ ਇਲਾਹ ਅਫਲਾਮ ਤਾਕਿਲੂਨ। ਉਹਨਾਂ ਨੂੰ ਰੱਬ ਬਣਾਇਆ ਜੇ ਜਿਹੜੇ ਬੋਲਦੇ ਕੋਈ ਨਹੀਂ, ਜਵਾਬ ਕੋਈ ਨਹੀਂ ਦਿੰਦੇ, ਨਫਾ ਕੁਝ ਨਹੀਂ ਕਰਦੇ, ਨੁਕਸਾਨ ਕੁਝ ਨਹੀਂ ਕਰਦੇ, ਅੱਲਾ ਤੋਂ ਇਲਾਵਾ ਇਹਨਾਂ ਦੀ ਬਾਤਾਂ ਕਰਦੇ ਜੇ ਉਫਿਲਕੁਮ ਤੁਹਾਡੇ ਉੱਤੇ ਤੋਹਫੇ ਨਾ, ਤੁਹਾਡੇ ਉੱਤੇ ਅਫਸੋਸ ਨਾ, ਅਫਲਾ ਤਾਕਿਲੂਨ। ਕੁਝ ਅਕਲ ਨੂੰ ਹੱਥ ਮਾਰੋ, ਕੁਝ ਸਿਆਣੇ ਬਣੋ ਨਾ, ਅਕਲ ਨੂੰ ਹੱਥ ਮਾਰੋ ਨਾ, ਇਹ ਲਾਜਵਾਬ ਹੋ ਗਏ ਨਾ। ਆਵਾਜ਼ ਮਾਰਨ ਵਾਲਿਆਂ ਆਵਾਜ਼ ਮਾਰਿਆ ਨਾ, ਕਾਲੂ ਹਰੀ ਕੂ ਕਾਲੂ ਹਰੀ ਕੂ ਮਨਸੁਰ ਵਾਲੀ ਕਤਕੁਮ ਇਨ ਕੁੰ ਤੁਮ ਵਾਇਲੀ। ਕਰਕੇ ਮਜਮੇ ਵਿੱਚੋਂ ਇੱਕ ਬੰਦਾ ਖੜਾ ਹੋ ਗਿਆ, ਕਹਿੰਦਾ ਇਹਨੂੰ ਛਾੜ ਦਿਓ ਨਾ, ਇਹਨੂੰ ਛਾੜ ਦਿਓ ਨਾ, ਆਪਣੇ ਬੁੱਤਾਂ ਦੀਆਂ ਮੱਤਾਂ ਕਰੋ ਨਾ। ਅੱਲਾਹੁ ਅਕਬਰ ਅੱਲਾ। 10 ਦਿਨ ਤੱਕ ਇਬਰਾਹੀਮ ਨੂੰ ਜੇਲੇ ਡਾਲ ਦਿੱਤਾ ਗਿਆ ਨਾ। 10 ਦਿਨਾਂ ਤੋਂ ਬਾਅਦ ਐਨ ਕਰਕੇ ਬੜਾ ਵੱਡਾ ਲਾਵਾ ਤਿਆਰ ਕੀਤਾ ਗਿਆ ਨਾ, ਅੱਗ ਦਾ ਬੜਾ ਵੱਡਾ ਨਿਜ਼ਾਮ ਤਿਆਰ ਕੀਤਾ ਗਿਆ ਨਾ। 40 ਹੱਥ ਚੌੜੇ 80 ਹੱਥ ਲੰਬੀ, ਅੱਲਾਹੁ ਅਕਬਰ ਅੱਲਾ। ਲੋਕ ਜਨਾਬ ਬਾਲਣ ਜਮ੍ਹਾਂ ਕਰਦੇ ਪੈਣੇ, ਕੋਈ ਬਿਮਾਰ ਹੋ ਜਾਂਦਾ ਹੈ, ਕਹਿੰਦਾ ਅਗਰ ਮੈਂ ਸਹੀ ਹੋਇਆ ਨਾ ਇਹਨੇ ਮਨ ਬਾਲਣ ਉਸ ਅੱਗ ਤੇ ਸੜ ਕੇ ਆਵਾਂਗਾ ਜਿੱਥੇ ਇਬਰਾਹੀਮ ਨੂੰ ਸਾੜਿਆ ਜਾਏਗਾ। ਮੁਫਸਰੀਨ ਕਹਿੰਦੇ ਨੇ 10 ਦਿਨਾਂ ਤੋਂ ਬਾਅਦ ਫੈਸਲਾ ਹੋਇਆ ਇਬਰਾਹੀਮ ਨੂੰ ਸਾੜ ਦਿੱਤਾ ਜਾ। 40 ਦਿਨ ਤੱਕ ਬਾਲਣ ਜਮ੍ਹਾਂ ਹੁੰਦਾ ਰਿਹਾ ਨਾ, ਉਹ ਵੀ ਵੇਰੇ ਆ ਗਏ ਅਵਰਤ ਇਬਰਾਹੀਮ ਨੂੰ ਇੱਕ ਪੰਗੂੜੇ ਤੇ ਬਿਠਾ ਕੇ ਅੱਗ ਵੱਲੇ ਰੁਖਸਤ ਕੀਤਾ ਜਾ ਰਿਹਾ। ਅੱਲਾਹੁ ਅਕਬਰ ਅੱਲਾ। ਕਹਿਰਾਮ ਮਚ ਗਏ ਨਾ ਅਸਮਾਨ ਦੇ ਉੱਤੇ, ਕਹਿਰਾਮ ਮਚ ਗਏ ਨਾ, ਫਰਿਸ਼ਤੇ ਕਹਿਣ ਲੱਗੇ ਨਾ ਅੱਲਾ ਸੋਹਣਿਆ ਰੱਬਨਾ ਯੋਰਾ ਕੋਈ ਬੁਰਾ ਗੀਮ, ਰੱਬਨਾ ਯੋਰਾ ਕੋਈ ਬੁਰਾ ਗੀਮ ਫੀ ਕੰਮ। ਅੱਲਾ ਜ਼ਮੀਨ ਵੱਲੇ ਵੇਖਣਾ, ਯਾ ਅੱਲਾ ਜ਼ਮੀਨ ਵੱਲੇ ਵੇਖਣਾ, ਓਏ ਕੀ ਵੇਖਣਾ ਅੱਜ ਬੁਰਾ ਗੀਮ ਨੂੰ।
ਸਾੜਿਆ ਜਾ ਰਿਹਾ ਤੇਰੀ ਖਾਤਰ, ਅੱਜ ਇਬਰਾਹੀਮ ਨੂੰ ਸਾੜਿਆ ਜਾ ਰਿਹਾ। ਅੱਲਾਹ ਕੋ ਅਕਬਰ ਅੱਲਾਹ। ਅੱਲਾਹ ਕਹਿੰਦੇ ਨੇ ਘਬਰਾਓ ਨਾ ਇਬਰਾਹੀਮ, ਇੰਜ ਕਰਕੇ ਉਸ ਪੰਖੂੜੇ ਤੇ ਬੈਠੇ ਹੋਏ ਨੇ, ਮੰਜਨੀਕ ਦੇ ਫਾਲੇ ਦੇ ਉੱਤੇ ਬੈਠੇ ਹੋਏ ਨੇ। ਕਹਿੰਦੇ ਕੀ ਨੇ, ਅੱਲਾਹੁਮ ਅੰਤਲ ਵਾਗਿਦੁ ਬਿਸਮਾਮ, ਯਾ ਅੱਲਾਹ ਤੂੰ ਅਸਮਾਨਾਂ ਤੇ ਗੱਲਾਂ ਏ, ਯਾ ਅੱਲਾਹ ਮੈਂ ਜ਼ਮੀਨਾਂ ਤੇ ਗੱਲਾਂ ਵਾਂ, ਵਾਨਲ ਵਾਗਿਦੁ ਬਿਲ ਅਰਜ਼, ਯਾ ਅੱਲਾਹ ਮੈਂ ਜ਼ਮੀਨ ਤੇ ਕੱਲਾਂ, ਅੱਲਾਹ ਤੂੰ ਅਸਮਾਨ ਤੇ ਕੱਲਾਂ, ਯਾ ਅੱਲਾਹ ਮੇਰੀਆਂ ਕੰਡਾਂ ਨਾ ਲੱਗਣ ਦੇਵੀਂ, ਯਾ ਅੱਲਾਹ ਅੱਜ ਮੇਰੀ ਕੰਡ ਨਾ ਲੱਗਣਾ। ਉਹ ਯਾਰ ਰੱਬ ਦਾ ਵੇ ਰਸਵਾ ਹੋ ਜਾ ਨਹੀਂ ਹੋ ਸਕਦਾ, ਯਾਰ ਰੱਬ ਦਾ ਹੋ ਜਾ ਜ਼ਲੀਲ ਹੋਵੇ ਨਹੀਂ ਹੋ ਸਕਦਾ, ਯਾਰੀਆਂ ਲੱਭਣ ਲੱਗੀਆਂ ਹੋਵਣ ਅੱਗਾਂ ਸਾੜ ਦੇਵੇ ਨਹੀਂ ਹੋ ਸਕਦਾ। ਅੱਲਾਹ ਕੋ ਅਕਬਰ ਅੱਲਾਹ। ਪ੍ਰੀਤੇ ਕਹਿੰਦੇ ਨੇ ਰੱਬਨਾ ਯੁਕਰੀ ਕੋਈ ਬੁਰਾਹੀਮ ਫੀ ਕਾਮ, ਯਾ ਅੱਲਾਹ ਇਬਰਾਹੀਮ ਸੜਨ ਲੱਗਾ ਈ। ਅੱਲਾਹ ਕਹਿੰਦੇ ਨੇ ਓਏ ਸੁਣ ਲੋ, ਮੈਂ ਰੱਬ ਆਪਣੇ ਇਬਰਾਹੀਮ ਨੂੰ ਕਾਫੀ ਹੋ ਗਿਆ ਵਾਂ, ਮੈਂ ਰੱਬ ਇਬਰਾਹੀਮ ਨੂੰ। ਅੱਲਾਹ ਕਹਿੰਦਾ ਜੇ ਤੁਹਾਡੇ ਕੋਲ ਮਦਦ ਮੰਗੇ ਨਾ ਤੇ ਕਰਦੇ ਆ ਜਬਰੀ ਲਾਗ। ਕਹਿੰਦੇ ਕਿ ਹੁਕਮ ਕਰੋ ਤੇ ਤਬਕ ਜ਼ਮੀਂਦਾਰ ਪੰਜਾ ਮਾਰ ਉਠਾਵਾਂ, ਆਤਿਸ਼ ਸਣੇ ਕਫਾਰ ਤਮਾਮੀ ਵਿੱਚ ਅੱਗ ਦੇ ਵੇ ਵਿੱਚ ਵਿੱਚ ਸਮੁੰਦਰ ਪਾਵਾਂ। ਕਹਿੰਦੇ ਨੇ ਹਜ਼ਰਤ ਜੀ ਅਗਰ ਆਰਡਰ ਦਿਓਗੇ ਮੈਂ ਥੱਲੋਂ ਹੱਥ ਪਾਵਾਂਗਾ, ਪੂਰਾ ਦੱਬ ਹੀ ਖੋਦ ਲਵਾਂਗਾ, ਸਮੁੰਦਰ ਤੋਂ ਜਾ ਕੇ ਮੁੱਦਾ ਕਰ ਦਿਆਂਗਾ। ਹਜ਼ਰਤ ਇਬਰਾਹੀਮ ਕਹਿੰਦੇ ਨੇ ਹੱਥ, ਓਏ ਇਬਰਾਹੀਮ ਕਹਿੰਦੇ ਨੇ ਪਰਾਂ ਹੋ ਜਾ, ਓਏ ਦੋਵਾਂ ਤਰਫਾਂ ਵੱਲ ਆਤਿਸ਼ ਮੱਚੇ ਤੇ ਛੋਲਾ ਤੇਜ਼ ਮੁਰਿੰਦਾ, ਹੱਟ ਜਬਰੀਲ ਵੇਖ ਤਮਾਸ਼ਾ ਤੇ ਕਿਉਂ ਕਰ ਰੱਬ ਕਰਿੰਦਾ, ਇੱਕ ਵਾਲ ਅੱਗ ਕਫਾਰਾਂ ਵਾਲੀ ਪਾਂਬੜ ਤੇਜ਼ ਮਚਾਵੇ, ਇੱਕ ਵਾਲ ਆਤਸ਼ ਇਸ਼ਕ ਲਾਗੀ ਤੇ ਤੇਜ਼ ਅਲੰਬਾ ਲਾਵੇ। ਅੱਗ ਬਰੀ ਹੋਈ ਏ, ਹਜ਼ਰਤ ਇਬਰਾਹੀਮ ਪੰਗੂੜੇ ਤੇ ਬੈਠੇ ਹੋਏ ਨੇ, ਐਨ ਕਰਕੇ ਮੰਜਨੀਕ ਨੂੰ ਖਿੱਚਿਆ ਗਿਆ ਨਾ, ਉਹ ਫਾਲਾ ਛੱਡਿਆ ਗਿਆ ਨਾ। ਇਬਰਾਹੀਮ ਕਹਿ ਰਹੇ ਨੇ ਹਸਬੀ ਅੱਲਾਹ, ਹਸਬੀ ਅੱਲਾਹ ਨਿਮਲ ਵਕੀਲ ਨਿਮਲ ਮੌਲਾ ਵਨਿਮਲ ਨਸੀਰ, ਹਸਬੀ ਅੱਲਾਹ ਵਨਿਮਲ ਵਕੀਲ, ਓਏ ਲੋਗੋ ਮੈਨੂੰ ਮੇਰਾ ਅੱਲਾ ਹੀ ਕਾਫੀ ਏ, ਮੈਨੂੰ ਮੇਰਾ ਅੱਲਾ ਹੀ ਕਾਫੀ ਏ। ਓਏ ਵਾਕਦ 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 ਮੌਲਾਮ, ਔਰ ਵਾਕਦ 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 ਮੌਲਾਮ ਤੇ ਬੋਲੇ ਨਬੀ ਹੱਕਾਨੀ, ਔਰ ਵਾਕਦਤ ਜ਼ਿਕਰ ਮੁਹੱਬਤ ਅੰਦਰ ਹੋ ਜਾਣਾ ਕੁਰਬਾਨੀ। ਹਜ਼ਰਤ ਇਬਰਾਹੀਮ ਹਸਬੀ ਅੱਲਾਹ ਪੜਦੇ ਪੈਣੇ, ਅਦਰ ਅੱਲਾਹ ਪਾਕ ਨੇ ਅੱਗ ਨੂੰ ਟੈਲੀਫੋਨ ਕਰ ਦਿੱਤਾ ਨਾ। ਕਹਿੰਦੇ ਕੀ ਨੇ, ਕੁੱਲਾਮ ਯਾ ਨਾਰੁ ਕੂਨੀ ਬਰਦਉ ਸਲਾਮ ਅਲਾ ਇਬਰਾਹੀਮ, ਓਏ ਅੱਗੇ ਠੰਡੀ ਹੋ ਜਾ, ਅੱਗੇ ਠੰਡੀ ਹੋ ਜਾ, ਬਰਦਉ ਸਲਾਮ ਇੰਨੀ ਵੀ ਠੰਡੀ ਨਾ ਹੋ ਜਾਵੀ ਨਾ, ਕਿਤੇ ਇਬਰਾਹੀਮ ਨੂੰ ਪਾਲਾ ਹੀ ਨਾ ਲੱਗਣ ਲੱਗ ਪੈ।
ਸਰਦੀ ਨਾ ਲੱਗਣ ਲੱਗ ਪੈ, ਬਾਹਰ ਵਾਲਿਆਂ ਨੂੰ ਗਰਮੀ ਲੱਗਦੀ ਪਈ ਹੈ, ਲਾਗੇ ਕੋਈ ਜਾਂਦਾ ਕੋਈ ਨਹੀਂ। ਇਬਰਾਹੀਮ ਅੰਦਰ ਗਏ ਨਾ, ਅੱਲਾਹ ਨੇ ਇਬਰਾਹੀਮ ਤੇ ਨਾਰ ਨੂੰ ਗੁਲਜ਼ਾਰ ਬਣਾ ਦਿੱਤਾ ਗਏ। ਅੱਗ ਕੋਈ ਅੱਗ ਬਾਹਰ ਵਾਲਿਆਂ ਵਾਸਤੇ ਤੱਤੀ ਹੈ ਤੇ ਇਬਰਾਹੀਮ ਵਾਸਤੇ ਅੱਗ ਆਈ। ਮੇਰਾ ਰੱਬ ਇਹਨੂੰ ਕਹਿੰਦੇ ਨੇ ਰੱਬੁਲ ਆਲਮੀਨ, ਕੁਲਾਮ ਯਾ ਨਾਰੂ ਕੋਨੀ ਬਰਦਮ ਸਲਾਮ ਅਲਾ ਇਬਰਾਹੀਮ, ਠੰਡੀ ਹੋ ਜਾਮ ਇਹਨੀ ਠੰਡੀ ਨਾ ਹੋਵੀ। ਇਬਰਾਹੀਮ ਨੂੰ ਸਰਦੀ ਨਾ ਲੱਗਣ ਲੱਗ ਪੈ, ਆਦਰੋ ਜਬਰੀਲ ਆ ਗਏ ਨਾ, ਆਦਰਤ ਜਬਰੀਲ ਆਦਰਤ ਇਬਰਾਹੀਮ ਕੋਲ ਰਹਿਣਾ, 40 ਦਿਨ ਅੱਗ ਦੇ ਅੰਦਰ ਰਹਿਣਾ, ਅੱਲਾਹੁ ਅਕਬਰ ਅੱਲਾ, 40 ਦਿਨਾਂ ਬਾਅਦ ਅੱਗ ਭਸਮ ਹੋ ਗਈ ਨਾ, ਅੱਗ ਖਤਮ ਹੋ ਗਈ ਨਾ, ਅੱਲਾਹੁ ਅਕਬਰ ਅੱਲਾ। ਇਹ ਨਮਰੂਦ ਐਨ ਕਰਕੇ ਇੱਕ ਬੁਰਜ ਬਣਵਾਉਂਦਾ, ਉਹਦੇ ਤੇ ਕਹਿੰਦਾ ਮੈਂ ਖੜਾ ਹੋ ਕੇ ਵੇਖਾਂ ਤਾਂ ਸਹੀ ਇਬਰਾਹੀਮ ਬਚਿਆ ਕਿ ਨਹੀਂ ਬਚਿਆ ਨਾ, ਯਕੀਨ ਇਹਨੂੰ ਵੀ ਹੈ ਇਬਰਾਹੀਮ ਬਚ ਜਾਣਾ ਹੈ, ਅੱਲਾ ਨੇ ਬਚਾ ਲੈਣਾ ਹੈ। ਉਹ ਡਿੱਗ ਪੈਣ ਅਸਮਾਨ ਤੋਂ ਨਹੀਂ ਮਰਦੇ, ਬੂਟਾ ਜਿੰਨਾਂ ਦੇ ਰਿਜ਼ਕ ਦਾ ਕਰਿਆ ਹੋਵੇ ਉਹਨੂੰ ਦਰਿਆ ਵੀ ਕਦੀ ਨਹੀਂ ਰੋੜਦੇ ਨੇ, ਉਹਨੂੰ ਅੱਗਾਂ ਵੀ ਕਦੀ ਨਹੀਂ ਸਾੜਦੀਆਂ ਨੇ। ਅੱਤ ਕੁਦਰਤ ਨੇ ਜਿਸ ਦਾ ਬਣਿਆ ਗੋਵੇ, ਓਏ ਖੰਜਰ ਇੱਕ ਵੱਜੇ ਭਾਵੇਂ 10 ਵੱਜਣ, ਓ ਨਹੀਂ ਮਰਦਾ ਜੇ ਰੱਬੋ ਨਾ ਮਰਿਆ ਹੋਵੇ। ਐਂ ਕਰਕੇ ਉਹਦਾ ਜਾਣ ਕੇ ਵੇਖਦਾ ਸੀ ਇਬਰਾਹੀਮ ਵਿੱਚ ਸਹੀ ਸਲਾਮ, ਕਹਿੰਦਾ ਇਬਰਾਹੀਮ ਹਾਂਜੀ ਇਬਰਾਹੀਮ, ਕਹਿੰਦਾ ਸੜਿਆ ਨਹੀਂ, ਕਹਿੰਦੇ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ, ਕਹਿੰਦਾ ਬਾਹਰ ਆ ਸਕਣਾ, ਕਹਿੰਦੇ ਨੇ ਹਾਂਜੀ ਬਾਹਰ ਆ ਸਕਣਾ। ਹਜ਼ਰਤ ਇਬਰਾਹੀਮ ਟੁਰਦੇ ਟੁਰਦੇ ਬਾਹਰ ਆ ਗਏ, ਇਹ ਸਾਰੀ ਕੌਮ ਹੈਰਾਨ ਪਰੇਸ਼ਾਨ, ਕਹਿੰਦੇ ਨੇ ਹੈਂ ਇਬਰਾਹੀਮ ਨੂੰ ਕੁਝ ਨਹੀਂ ਹੋਇਆ, ਤੇ ਇੱਕ ਬੰਦੇ ਨੇ ਆਖਿਆ ਇਬਰਾਹੀਮ ਦਾ ਰੱਬ ਸਾਡੇ ਰੱਬਾਂ ਨਾਲੋਂ ਤਗੜਾ, ਕੀ ਆਖਿਆ ਇਬਰਾਹੀਮ ਦਾ ਰੱਬ, ਆਹਦੇ ਨੇ ਨਾ ਮੌਲਾਨਾ ਮੋਇਨਉਦੀਨ ਲਖਵੀ ਰਹਿਮਤੁੱਲਾਹ ਅਲੈਹ ਕਿਤੇ ਨਮਾਜ਼ ਪੜ੍ਹਨ ਲਈ ਜਾ ਰਿਹਾ ਸਨ, ਤੇ ਉੱਥੇ ਮਸਜਿਦ ਦੇ ਸਾਹਮਣੇ ਇੱਕ ਟਾਹਲੀ ਸੀ ਤੇ ਉਹਦੇ ਥੱਲੇ ਕਬਰ ਸੀ, ਉੱਥੇ ਨਾ ਆਪਣੀ ਉਂਟਣੀ ਕੇ ਪਤਾ ਨਹੀਂ ਖੱਚਰ ਬਣਨ ਲੱਗੇ, ਘੋੜੀ ਬਣਨ ਲੱਗੇ ਘੋੜੀ, ਤੇ ਉਹਨੇ ਆਖਿਆ ਮਲੰਗਾ ਨੇ ਬਾ ਇੱਥੇ ਬਾਬਾ ਘੋੜੀ ਨਾ ਬਣ, ਆ ਸਾਡਾ ਬਾਬਾ ਘੋੜੀਆਂ ਮਾਰ ਦਿੰਦਾ ਹੀ। ਸ਼ੇਖ ਸਾਹਿਬ ਨਮਾਜ਼ ਪੜ੍ਹ ਕੇ ਬਾਹਰ ਆਏ ਨਾ ਤੇ ਘੋੜੀ ਵਾਕਿਆ ਡਿੱਗੀ ਪਈ, ਘੋੜੀ ਡਿੱਗੀ ਪਈ। ਸ਼ੇਖ ਸਾਹਿਬ ਨੇ ਉਹਨੂੰ ਆਖਿਆ ਤੂੰ ਆਖਿਆ ਸੀ ਨਾ ਨਾ ਬਣ, ਹੁਣ ਮਰ ਗਈ ਹੈ ਨਾ। ਸ਼ੇਖ ਸਾਹਿਬ ਕਹਿੰਦੇ ਖਲੋ ਤਾਂ ਸਹੀ, ਜੁੱਤੀ ਲਾ ਕੇ ਦੋ ਤਿੰਨ ਛਿੱਤਰ ਆਊਜ਼ੂ ਬਿੱਲਾਹੀ ਮਿਨ ਸ਼ੈਤਾਨ ਰਜੀਮ ਪੜ੍ਹ ਕੇ ਮਾਰੇ ਨਾ ਤੇ ਘੋੜੀ ਖੜੀ ਹੋ ਗਈ, ਤੇ ਮਲੰਗ ਕਹਿਣ ਲੱਗ ਪਏ ਬਾਬਾ ਸਾਡੇ ਬਾਬੇ ਨਾਲੋਂ ਤਗੜਾ, ਇਹ ਬਾਬਾ ਸਾਡੇ ਬਾਬੇ ਨਾਲੋਂ ਤਗੜਾ, ਐਵੇਂ ਕਹਿਣ ਲੱਗ ਪਿਆ ਇਹਦਾ ਰੱਬ ਸਾਡੇ ਰੱਬਾਂ ਨਾਲੋਂ। ਤੇ ਇਬਰਾਹੀਮ ਕਹਿਣ ਲੱਗੇ ਕਮਲੀ ਤੁਹਾਨੂੰ ਅਜੇ ਵੀ ਸਮਝੇ, ਅਜੇ ਵੀ ਸਮਝ, ਓਏ ਮੇਰਾ ਰੱਬ ਹੋਏ ਜਿਹਨੇ ਮੈਨੂੰ ਜ਼ਿੰਦਾ ਬਚਾ ਲਿਆ, ਮੇਰਾ ਰੱਬ ਹੋਏ ਜਿਹਨੇ ਅੱਗ ਨੂੰ ਮੇਰੇ ਵਾਸਤੇ ਠੰਡਿਆ ਫਰਮਾ ਦਿੱਤਾ। ਇਬਰਾਹੀਮ ਤਬਲੀਗ ਕਰਨ ਲੱਗ ਪਿਆ, ਹੁਣ ਨਮਰੂਦ ਵੀ ਵੇਖੀ ਜਾਣ ਦੀ ਫੌਜ ਵੀ ਵੇਖੀ ਜਾਣ, ਤੇ ਕਰੀਬ ਸੀ ਲੋਕ ਮੁਸਲਮਾਨ ਹੋ ਜਾਂਦੇ, ਕਰੀਬ ਸੀ ਲੋਕ ਕਲਮਾ ਪੜ੍ਹ ਲੈਂਦੇ। ਇਹਨੇ ਨਮਰੂਦ ਨੇ ਇਸ਼ਾਰਾ ਕੀਤਾ ਆਵਾਮ ਨੂੰ ਤਿੱਤਰ ਬਿੱਤਰ ਕਰ ਦਿਓ, ਕਹਿੰਦਾ ਇਬਰਾਹੀਮ ਆ ਮੈਂ ਤੇਰੇ ਨਾਲ ਗੱਲ ਕਰਨੀ, ਆ ਮੈਂ ਤੇਰੇ ਨਾਲ ਬਾਤ ਕਰਨੀ, ਤੇ ਬਾਹੋਂ ਫੜ ਕੇ ਇਬਰਾਹੀਮ ਅਲੈਹਿਸ ਸਲਾਮ ਦੇ ਮਹਿਲ ਦੇ ਅੰਦਰ ਲੈ ਗਿਆ। ਤੇ ਅੱਗੇ ਕੀ ਹੋਇਆ ਇਹ ਇਨਸ਼ਾਅੱਲਾ ਅਗਲੇ ਜੁਮੇ ਸਹੀ, ਅੱਲਾ ਅੱਗੇ ਦੁਆ ਗਏ, ਅੱਲਾ ਜੋ ਸੁਣਿਆ ਸੁਣਾਇਆ ਅਮਲ ਪਹਿਰਾ ਉਹਨੇ ਦੀ ਤੌਫੀਕ ਅਤਾ ਫਰਮਾਏ, ਅੱਲਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਤੇ ਕਰੋੜਾ ਰਹਿਮਤਾਂ ਨਾਜ਼ਿਲ ਫਰਮਾਏ। ਵਾ ਆਖਿਰੁ ਦਾਵਾਨਾ ਅਲਹਮਦੁਲਿਲਾਹ।
ਹਫੀਜ਼ ਇਸਲਾਮਿਕ ਸੈਂਟਰ। ਤਮਾਮ ਇਸਲਾਮੀ ਪ੍ਰੋਗਰਾਮਸ, ਜਲਸੇ, ਕਾਨਫਰੰਸ, ਮਹਿਫਲ, ਹਮਦੋਨਾਦ, ਸਕੂਲ ਪ੍ਰੋਗਰਾਮਸ ਕੀ ਵੀਡੀਓ ਬਨਵਾਨੇ ਕੇ ਲੀਏ ਰਾਬਤਾ ਕਰੇਂ। ਹਫੀਜ਼ ਇਸਲਾਮਿਕ ਸੈਂਟਰ, ਨਾਮ ਹੈ ਇਤਮਾਦ ਕਾ।